ਇਹ ਗੱਲਾਂ ਸੋਚਣ ਦੇ ਮਤਲਬ ਕਿ ਜਿਹੜਾ ਮੱਦੇਨਜ਼ਰ ਰੱਖੀ ਸੋਚਿਆ ਹੋਇਆ ਜੀ, ਉਹ ਭਾਈ ਮਤਲਬ ਕਿ ਅਗਰ ਤੁਹਾਡਾ ਇਹ ਵਾਲਾ ਕੀਦਾ ਹੋਣਾ ਕਿਸ਼ਤੀ ਰਸੂਲੁੱਲਾ ਜਾਂ ਸ਼ਿਬਲੀ ਰਸੂਲੁੱਲਾ ਜਾਂ ਇਹਨਾਂ ਦਿਓਬੰਦੀਆਂ ਦਾ ਹੋਣਾ ਥਾਨਵੀ ਰਸੂਲੁੱਲਾ, ਉਹ ਬਈ ਸਾਡੇ ਵੀ ਹਜ਼ਾਰਾਂ ਦੋਸਤ ਨੇ, ਅਸੀਂ ਖੁਦ ਮਤਲਬ ਵਾਂਗੂ ਸੁਣਨ ਵਾ ਜਮਾਤ ਨਾਲ ਸਾਡਾ ਪਹਿਲਾਂ ਜੇ ਹਨ ਵੀ ਆ ਅੱਲਾ ਅੱਗੇ ਦਾ ਸਾਡੀ ਮੁਹੱਬਤ ਹੈ ਸਾਡੇ ਘਰਾਂ ਦੇ ਵਿੱਚ ਨਹੀਂ, ਕਿੱਡਾ ਵੱਡਾ ਖਾਨਦਾਨ ਨੇ ਮਤਲਬ ਸੌਵਾਂ ਦੇ ਹਿਸਾਬ ਨਾਲ ਮਤਲਬ ਰਿਸ਼ਤੇਦਾਰ ਨੇ, ਹਜ਼ਾਰਾਂ ਦੇ ਹਿਸਾਬ ਨਾਲ ਜਾਣਨ ਵਾਲੇ ਨੇ, ਉਹਨਾਂ ਦੇ ਅੱਗੋਂ ਰਿਸ਼ਤੇਦਾਰ ਨੇ, ਆਪਾਂ ਦੁਨੀਆ ਅੱਜ ਤੱਕ ਕਿਸੇ ਕੋਲ ਸੁਣਿਆ। ਔਰ ਮੈਂ ਕਿਉਂਕਿ ਬੈਠੀ ਹਾਂ ਅੱਲਾ ਦੇ ਬਲੀ ਦੀ, ਅੱਖਾਂ ਦੀ ਨਹੀਂ ਉਹਨਾਂ ਕੋਲ ਬੈਠ ਕੇ ਸੁਣਿਆ, ਤੁਸੀਂ ਕਾਦਰੀ ਹੋ ਜਾਂ ਚਿਸ਼ਤੀ ਆ, ਤੁਸੀਂ ਮਤਲਬ arrivo da un posto che c'era 4 gradi. Dietro a Bad Matteo dei Bai. Di notte 4 gradi. O 4. O comiti o comi acha. Number 1, number 2. ਕਿਆ ਅਹਿਲ ਸੁਨਨ ਵ ਜਮਾਤ ਦੇ ਹੈ ਹੁਣ ਜਿਹੜਾ ਉਹ ਪ੍ਰਿੰਟਿੰਗ ਦੇ ਉੱਤੇ ਸਵਾਲ ਉਹ ਕਰਦੇ ਨੇ, ਕਿਆ ਅਹਿਲ ਸੁਨਨ ਵ ਜਮਾਤ ਦੇ ਕੋਲ ਕਿਸੇ ਕਿਸਮ ਦੀ ਸਰਕਾਰੀ ਮਤਲਬ ਕਿ ਮਿਸ਼ਰੀ ਉਹਨਾਂ ਦੇ ਅੰਡਰ ਹੈ? ਕਿਆ ਰਿਆਸਤ ਅਹਿਲ ਸੁਨਨ ਵ ਜਮਾਤ ਦੇ ਅੰਡਰ ਹੈ? ਕਿਆ ਪਾਕਿਸਤਾਨ ਦੇ ਵਿੱਚ ਕੋਈ ਸ਼ਰੀ ਨਿਜ਼ਾਮ ਹੈ? ਉਹ ਭਾਈ ਪਾਕਿਸਤਾਨ ਦੇ ਵਿੱਚ ਕੋਈ ਸ਼ਰੀ ਨਿਜ਼ਾਮ ਨਹੀਂ ਹੈ, ਸਿਰਫ ਆਇਨ ਇੱਕ ਸ਼ਰੀਅਤ ਨੂੰ ਮਤਲਬ ਕਿ ਕਹਿੰਦਾ ਕਿ ਸ਼ਰੀਅਤ ਦੇ ਤਾਬੇ ਹੋਏਗਾ, ਲੇਕਿਨ ਸ਼ਰੀਅਤ ਦੇ ਮੁਤਾਬਕ ਉੱਥੇ ਫੈਸਲਾ ਸਾਡੇ ਮੁਲਕ ਦੇ ਵਿੱਚ ਫੈਸਲੇ ਤਾਂ ਨਹੀਂ ਹੋ ਰਹੇ। ਇਸ ਲਈ ਅਗਰ ਸ਼ਰੀਅਤ ਦੇ ਮੁਤਾਬਕ ਨਹੀਂ ਫੈਸਲੇ ਹੋ ਰਹੇ, ਨਾ ਵਜ਼ਾਰਤ ਮਖਬੀ ਅਬੂਰ ਅਹਿਲ ਸੁਨਨਾ ਵਾ ਜਮਾਤ ਦੇ ਅੰਡਰ ਹੈ, ਨਾ ਮਹਿਕਮਾ ਔਕਾਫ ਅਹਿਲ ਸੁਨਨਾ ਵਾ ਜਮਾਤ ਦੇ ਅੰਡਰ ਹੈ, ਤਾਂ ਕੀ ਹੁਣ ਸ਼ਬੀਰ ਬ੍ਰਦਰ ਅਤੇ ਫਲਾਣਾ ਬ੍ਰਦਰ ਅਤੇ ਫਲਾਣੇ ਜਿਹੜੇ ਛਾਪਦੇ ਨੇ ਉਹਨਾਂ ਨੂੰ ਕੌਣ ਕਾਨੂੰਨੀ ਤੌਰ 'ਤੇ ਰੋਕੇਗਾ? ਉਲਮਾ ਇਕਰਾਮ ਦਾ ਮਕਸਦ ਸੀ ਇਹ ਦੱਸਣਾ ਕਿ ਇਹਨਾਂ ਤਹਿਰੀਰਾਤ ਦੇ ਨਾਲ ਸਾਡਾ ਕੋਈ ਤਲਕ ਨਹੀਂ, ਔਰ ਇਹ ਇਲਹਾਕੀ ਤਹਿਰੀਰਾਤ ਨੇ, ਨੰਬਰ 1। ਨੰਬਰ 2, ਅਗਰ ਬਿਲ ਫਰਜ਼ ਇਹ ਹੋਈਆਂ ਵੀ ਨੇ ਤਾਂ ਅਸੀਂ ਉਹਨੇ ਤਰਦੀਦ ਕਰਨੇ ਆ, ਇੰਨੀ ਇੰਨੀ ਗੱਲ ਅੱਲਾ ਲਾ ਹੈਰ ਤਲਾ, ਉਹਦੇ 'ਚ ਨਹੀਂ ਜੀ ਉਹ ਕੱਢੋ ਜੀ ਉਹ ਪਲਾਂ ਕੱਢੋ, ਇਹ ਜਿਹੜੀ ਅਗਲੀਆਂ ਅਗਲੀਆਂ ਗੱਲਾਂ ਕਰਦੇ ਨੇ ਕਿ ਸਿਰਫ ਔਰ ਸਿਰਫ ਉਹ ਆਪਣਾ ਸਮਝ ਲਓ ਕਿ ਇੱਕ ਚੂਰਾ ਨੇ ਜਿਹੜਾ ਉਹ ਮਿਰਜ਼ਾ ਜੇਲਮੀ ਨੇ ਦਿੱਤਾ ਇਹਨਾਂ ਦੀ ਕਿਸੇ ਹੋਰ ਜਗ੍ਹਾ ਦੇ ਉੱਤੇ ਵੀ, ਲੇਕਿਨ ਇਹ ਮੂੰਹ 'ਚੋਂ ਬਾਹਰ ਕੱਢ ਕੇ ਉਹ ਵੇਚਣਾ ਚਾਹੁੰਦੇ ਨੇ, ਲੇਕਿਨ ਮਿਰਜ਼ਾ ਜੇਲਮੀ ਨੇ ਉਹ ਦਿੱਤਾ ਕਿਧਰੇ ਹੋਰ ਜਗ੍ਹਾ ਦੇ ਉੱਤੇ, ਅਤੇ ਮਿਰਜ਼ੇ ਜੇਲਮੀ ਨੂੰ ਮਿਰਜ਼ੇ ਕਾਦੀਆਨੀ ਨੇ ਕਿਸੇ ਹੋਰ ਜਗ੍ਹਾ 'ਤੇ ਦਿੱਤਾ ਹੋਇਆ। ਇਸ ਲਈ ਉਹ ਮੈਂ ਹੁਣ ਦੇਖਿਆ ਫਿਦਾਨ ਭਾਈ ਸਾਹਿਬ ਆਪ ਤੁਸੀਂ ਆਏ ਹੋ ਮਾਸ਼ਾ ਅੱਲਾ, ਸਾਡੇ ਤੁਹਾਡੇ ਹੁੰਦੇ ਆ ਸਾਨੂੰ ਨਹੀਂ, ਤੁਸੀਂ ਗੱਲ ਕਰੋ ਮਾਸ਼ਾ ਅੱਲਾ। ਅਸਲਾਮ ਵਾਲੇਕੁਮ ਰਹਿਮਤੁਲ੍ਲਾਹ ਬਰਕਾਤੁਹ। ਵਾਲੇਕੁਮ ਸਲਾਮ ਜੀ। ਜੀ ਉਸਮਾਨ ਭਾਈ ਆਪਣਾ ਮਾਈਕ ਓਪਨ ਕਰੇ। ਉਸਮਾਨ ਖਾਨ ਸਾਹਿਬ ਯਾਰ ਮੇਰੇ ਖਾਨ ਬਿਜ਼ੀ ਤਾਂ ਨਹੀਂ? ਉਸਮਾਨ ਭਾਈ ਆਪਕਾ ਮਾਈਕ ਬੰਦ ਹੈ ਯਾਰ। ਉਸਮਾਨ ਅੱਛਾ ਚਲੋ ਕੋਈ ਗੱਲ ਨਹੀਂ। ਅੱਛਾ ਫਿਦਾਨ ਭਾਈ ਹਾਂ ਬਿਲਕੁਲ ਉਸਮਾਨ ਸਾਹਿਬ ਆ ਗਏ। ਹਾਂ ਜੀ ਉਸਮਾਨ ਸਾਹਿਬ ਆਪਨੇ ਆਪਣਾ ਮੌਕਫ ਦਿਆ ਤਾਂ ਨਹੀਂ ਚੈੱਕ? ਮੈਂ ਆਪਣਾ ਐਜ਼ ਅ ਮੁਸਲਮਾਨ ਅਸੀਂ ਕਿੰਨਾ ਕੁ ਇਸਲਾਮ ਨੂੰ ਜਾਣਦੇ ਹਾਂ ਸੁਣੀਏ ਸਹੀ। ਨਹੀਂ ਇੱਕ ਮੌਕਫ ਸੀ ਦਿੱਤਾ ਤੁਸੀਂ, ਕੀ ਤੁਸੀਂ ਹਦੀਸਾਂ ਨੂੰ ਮੰਨਦੇ ਹੋ? ਜ਼ਾਹਿਰ ਹੈ ਹਦੀਸਾਂ ਨੂੰ ਨਹੀਂ ਜੀ ਮੰਨਣਾ, ਤਾਂ ਫਿਰ ਕਿਹਨੂੰ ਮੰਨਣਾ? ਚਲੋ ਮਾਸ਼ਾਅੱਲਾ, ਤੁਹਾਡਾ ਇੱਕ ਕਮੈਂਟ ਆਇਆ ਸੀ ਅਤੇ ਮੈਨੂੰ ਲੱਗਾ ਸੀ ਕਿ ਜਿਹੜਾ ਨਾ ਯਾਨੀ ਤੁਸੀਂ ਨਾ ਹਦੀਸਾਂ ਨੂੰ ਨਹੀਂ ਮੰਨਦੇ ਮੁਨਵਰੇ ਹਦੀਸ ਹੋ। ਨਹੀਂ ਨਹੀਂ ਅੱਲਾ ਮਾਫ ਕਰੇ, ਅਸੀਂ ਮੰਨਣ ਵਾਲੇ ਹਾਂ ਸ਼ੁਆ, ਉਹ ਨਹੀਂ ਮਸਲਾ ਹੈ ਵੀ। ਅੱਛਾ ਸਮਾਨ ਭਾਈ ਮਿਰਜ਼ਾ ਇੰਜੀਨੀਅਰ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਯਾਰ ਕੋਈ ਮਿਰਜ਼ਾ ਇੰਜੀਨੀਅਰ ਹੋਵੇ ਜੀ, ਕੋਈ ਵੀ ਹੋਵੇ,
ਅਗਰ ਗੱਲ ਕੁਰਾਨੋ ਦੀ ਇਸ ਦੇ ਮੁਤਾਬਕ ਹੈ ਤਾਂ ਤੁਸੀਂ ਐਕਸੈਪਟ ਕਰੋ, ਅਗਰ ਨਹੀਂ ਹੈ ਤਾਂ ਇਗਨੋਰ ਕਰੋ। ਜੀ ਬਿਲਕੁਲ ਸਹੀ ਹੋ ਗਿਆ। ਲੇਕਿਨ ਮਿਰਜ਼ਾ ਇੰਜੀਨੀਅਰ ਦੇ ਬਾਰੇ ਤੁਹਾਡਾ ਕੀ ਖਿਆਲ ਕੀ ਹੈ ਵੈਸੇ, ਪੁਆਇੰਟ ਆਫ ਵਿਊ ਕੀ ਹੈ? ਯਾਰ ਦੇਖੋ, ਪਰਫੈਕਟ ਕੋਈ ਵੀ ਨਹੀਂ ਹੁੰਦਾ। ਹਾਂ, ਜੋ ਇਨਸਾਨ ਹੈ ਨਾ, ਇਨਸਾਨ ਆਦਮ ਅਲੈਹਿਸ ਸਲਾਮ ਤੋਂ ਗਲਤੀ ਦਾ ਬੁਤਲਾ ਆ ਰਿਹਾ, ਮਿਰਜ਼ਾ ਜਿਲਮੀ ਹੋਵੇ ਜਾਂ ਕੋਈ ਵੀ ਹੋਵੇ। ਤੁਸੀਂ ਆਪੂ ਦੇਖੋ, ਸਾਡੇ ਤੁਸੀਂ ਬੁੱਕ ਸੈਂਟਰ ਦੇ ਵਿੱਚ ਵੜ ਜਾਓ ਤਾਂ ਹਾਲੀ ਐਨੀਆਂ ਨਹੀਂ ਬੁੱਕਸ ਬਣਦੀਆਂ, ਲੇਕਿਨ ਐਜ਼ ਰਿਟਨ ਹੀ ਪਈਆਂ ਨੇ, ਕਰੈਕਟਰ ਕੋਈ ਨਹੀਂ ਆਇਆ ਨਾ ਸਾਡੇ 'ਚ, ਮਸਲਾ ਹੈ। ਚਲੋ, ਉਹ ਵੀ ਮਸਲਾ ਮਿਰਜ਼ਾ ਜਿਲ ਇਮਾਨਦਾਰ ਨੇ ਲੋਕ, ਮਸਲੇ ਹੈ ਨਾ ਹਰ ਜਗ੍ਹਾ, ਮਸਾਇਲ ਮਸਲੇ ਕਿੱਧਰ ਵੀ ਨਹੀਂ ਹੈ, ਜਿੱਥੇ ਬਦਲੀ ਨਹੀਂ ਹੈ ਤੇ ਮਸਲੇ ਮੁੱਕਦੇ ਹਨ। ਨਹੀਂ, ਮਸਲਿਆਂ ਦੀ ਗੱਲ ਨਹੀਂ। ਵੇਖੋ ਨਾ ਜੀ, ਮਿਰਜ਼ਾ ਇੰਜੀਨੀਅਰ ਨੇ ਆਪਣਾ ਇੱਕ ਵੱਖਰਾ ਮਜ਼ਹਬ ਬਣਾ ਲਿਆ ਹੋਵੇ, ਜਿਹਦੇ ਵਿੱਚ ਉਹਨੇ ਆਪਣੇ ਮੰਨਣ ਵਾਲਿਆਂ ਨੂੰ ਕਿਹਾ ਜੀ ਇਹ ਤੇ ਜੀ ਜਿਹੜਾ ਵੇ ਮਿਨੀ, ਇਹ ਜਿਹੜੇ ਲੋਕ ਨੇ ਮਿਨੀ ਖੁਦਾ ਬਣ ਜਾਂਦੇ ਹੈ ਜੀ, ਅਤੇ ਇਹ ਤਾਂ ਗੱਲ ਗਲਤ ਹੈ ਨਾ ਬਾਈ ਜੀ। ਤੁਸੀਂ ਦੱਸੋ, ਸਾਡੇ ਜਿਹੜੇ ਮਸਲਨ ਪੀਰ ਪੀਰ ਹੁੰਦੇ ਨੇ, ਅਸੀਂ ਵੀ ਪੀਰਾਂ ਨੂੰ ਮੰਨਣ ਵਾਲੇ ਹਾਂ, ਉਹ ਉੱਤੇ ਤੋਂ ਉੱਤੇ ਜਾਈ ਜਾ ਰਹੇ ਹੁੰਦੇ ਨੇ, ਲੇਕਿਨ ਜਿੰਨੇ ਉਹਨਾਂ ਨੂੰ ਮੰਗਦੇ ਆ ਫੀਰ ਸ਼ੀਰ ਫਰੀ ਹੁੰਦੇ ਨੇ, ਉਹ ਥੱਲੇ ਥੱਲੇ ਜਾਈ ਜਾ ਰਹੇ ਹੁੰਦੇ। ਵੇਖੋ, ਇਸਲਾਮ ਦਾ ਜਿਹੜਾ ਬੁਨਿਆਦੀ ਅਕੀਦਾ ਹੈ ਉਹ ਜੀ, ਮੇਰੀ ਗੱਲ ਸੁਣੋ, ਬਾਕੀ ਜੇ ਅਗਰ ਕਿਸੇ ਦੀ ਹੈ ਉਹ ਗੱਲ ਪੇਸ਼ ਕਰਿਓ ਜੇ, ਲੇਕਿਨ ਅਸੀਂ ਤੁਹਾਡੇ ਸਾਹਮਣੇ ਨਾ ਜਿਸ ਬੰਦੇ ਨੂੰ ਤੁਸੀਂ ਆਖਿਆ ਨਾ ਉਹਦੀਆਂ ਕੁਛ ਗੱਲਾਂ ਚੰਗੀਆਂ ਹੁੰਦੀਆਂ ਨੇ। ਇਸਲਾਮ ਦਾ ਜਿਹੜਾ ਬੁਨਿਆਦੀ ਅਕੀਦਾ ਹੈ ਤੌਹੀਦ ਔਰ ਰਸਾਲਤ ਹੈ, ਤੌਹੀਦ ਦੀ ਬੁਨਿਆਦੀ ਕੜੀ ਹੈ ਅੱਲਾਹ ਤਾਲਾ ਦੀ ਜ਼ਾਤ ਇੱਕ ਹੈ। ਜ਼ਰਾ ਇੱਕ ਮਿੰਟ ਸੁਣ ਲਵੋ, ਇਹ ਸੁਣ ਲਵੋ ਤੇ ਫਿਰ ਬਾਅਦ ਚੋਂ ਗੱਲ ਕਰ। ਤੁਸੀਂ ਆਪਣੀ ਜ਼ਰਾ ਵਾਈਸ ਆਵਾਜ਼ ਮੂਟ ਕਰਿਓ ਤਾਂ ਕਿ ਆਵਾਜ਼ ਦੀ ਸਮਝ ਆਏ। ਉਸਮਾਨ ਸਾਹਿਬ, ਉਸਮਾਨ ਸਾਹਿਬ ਜੀ, ਜੀ ਸੁਣ ਰਿਹਾ, ਬੋਲੋ ਨਾ ਜੀ। ਜ਼ਰਾ ਮਿਊਟ ਕਰੋਗੇ ਤੇ ਫਿਰ ਤੁਹਾਡੀ ਤਰਫੋਂ ਸ਼ੋਰ ਕਾਫੀ ਆ ਰਿਹਾ ਤੇ ਫਿਰ ਉਹ ਆਵਾਜ਼ ਸੁਣ ਆਏਗੀ। ਅਲੀ ਬਈ, ਸਵਾਲ ਹੈ, ਅੱਲਾਹ ਨੇ ਕਿਉਂ ਇਤਨੇ ਮਜ਼ਹਬ ਬਣਾਏ? ਸ਼ੁਰੂ ਸੇ ਏਕ ਹੀ ਮਜ਼ਹਬ ਹੋਤਾ ਇਸਲਾਮ ਔਰ ਮੁਸਲਮਾਨ। ਜਬ ਖੁਦ ਅੱਲਾਹ ਨੇ ਮੁਸ਼ਕਿਲ ਮੇ ਨਾਦਾਨ ਇਨਸਾਨ ਕੋ ਡਾਲਾ ਤੋ ਨਾ ਬਾਤ ਮਾਨਨੇ ਪਰ ਸਜ਼ਾ ਕਿਉਂ? ہاں جی، میں اس کے بعد پہلے بھی جواب دے چکا ہوں۔ یہ مسئلہ تقدیر سے تعلق رکھتا ہے۔ اس حوالے سے غامدی صاحب سے میں نے ایک ون ٹو ون کوسچن کیا تھا، اس کی ویڈیو بھی رکھی ہے یوٹیوب پہ جی، آپ جا کے یوٹیوب پہ لکھیں کہ غامدی صاحب سے اللہ تعالیٰ کے متعلق ایک مشکل سوال، تو اس کا انہوں نے جواب دیا تھا، پھر اسے میں نے مزید ایلیبریٹ کیا تھا۔ دیکھیں، اگر آپ صرف دنیا کے اعتبار سے ان چیزوں کو دیکھیں گے پھر آپ کو یہ باتیں سمجھ نہیں آئیں گی۔ آخرت کے ساتھ اسے جوڑ کے دیکھیں کہ ایک خدا جو ساری قدرتوں کا مالک ہے اور وہ اکیلا اور یکتا ہے، وہ آپ کو یہ آفر دیتا ہے کہ صرف یہ 60 سال کی زندگی مجھے دے دو
تمہیں بھی میں ایک منی خدا بنا دوں گا. سبحان اللہ. کس حوالے سے؟ وہ رہے گا مخلوق ہی. ہاں جی کو سمجھ آئی. ہوں طویل جنیاں کو باطل طویل ہیں نا یہ تو ہوں اپنا قاسم بھائی جی تھوڑے تو تھلے بیٹھے ہیں نا انہوں نے. ہاں جی عثمان بھائی, عثمان بھائی کھولو ہماری ذرا. عثمان صاحب جی آڈیو سنی ہے بارے تھوڑا کی یعنی کہ خیال ہے کی رائے میں تھوڑی رائے ہے؟ یہ قرآن سے لکھا رہی ہے کہ اور ہم نے جڑا بیعت کا ذکر ہے کہ اسی تھوڑی اگر تھانوں یعنی کہ زندگی دیتی تو انہوں اختیار دیتے ایز انسان تو جن دو جی دو ہی چیزوں اختیار ہیں جنہوں تو انسانوں. نہیں مرزا آندہ پہ ہے کہ مرزا آندہ پہ ہے کہ اللہ نے مازل آپ پر دیتی ہے انسان نو کہ 60 سال زندگی مینوں دے دے ہوتے میں تو جڑا میں منی خدا بنا دیا کی خوشی مندے ہو اس بارے منی خدا تھی آخرت لو نا آخرت کا تذکرہ تو انہیں کیا نال کہ آخرت واقعی جو انسان کا دل کرے گا جو بھی خواہشات ہوں انسان دیا دنیا جڑی خواہشات نہیں پوریا ہو سکتی آخرت. اچھا جو بھی خواہش کے جائز خواہشات جائز ہوں نا آخرت کہ آخرت میں وہ ناجائز خواہش نہیں ہونی ہے سب جائز ہوں. اچھا اچھا نہیں تے منی خدا کنج بن گیا اندے نال. اچھا ایک منٹ نا حضرت گل سنو عثمان بھائی, گل سنو عثمان بھائی مینوں انہاں اپنا قسم دا سوال کر چے چلو عثمان صاحب ذرا میوٹ لاؤ. عثمان صاحب اچھا عثمان صاحب میوٹ لاؤ تہانوں انے اپے جناب تہانوں ایک گل دی سمجھ وی نہیں آندی بند نے تے دماغ وی بند نے گل دی تہانوں سمجھ تے ہونی کوئی نہیں اگوں باطل طویلاں عجیب و غریب جیاں وہ پہ آدھا مطلب 60 سال دی اللہ نے آفر کرائی ہے. سب تو پہلے سوال آیا ہوتا ہے کہ آفر اللہ نے کتنے کرائی ہے کہ جسے لفظ لکھے ہون اللہ دی طرف جھوٹ منسوخ کردہ پیا اللہ دا کلام تے یا مطلب کہ قرآن پاک دے وچ یا اللہ دے نبی صلی اللہ علیہ وسلم دی زبان دے تھرو احادیث صحیحہ دے اتے وے تسی آندے ہو پے کہ جی وہ قرآن پاک چ لکھے ہے وہ فلاں لکھے ہے جی وہ ٹھینگ لکھے ہے آخرت دے وچ ہو رہا ہے وہ اللہ تعالیٰ دی ذات اگر ایس دنیا دے اتنے کل ہو اللہ ہو آحد دے نا آحد دے تے قیامت والے دن بھی اللہ تعالیٰ دی ذات ایک ہی رہنی ہے اور قیامت تو بعد جدوں جنم دوزخ دا جنت دا فیصلہ ہونا ادو بھی ایک ہی ہونی ہے. یہ طویلا نا مت وجی تھوڑی لوکاں دی جہل آ جاندے نے اتنے بحث کرن میں جی اٹلی آئے ہاں وہاں سانوں 25-30 سال ہو گئے تھوڑا زیادہ اسی پردیس کٹنے ہیں پہ اور بھی بندے بڑے بیٹھے ہیں تو اٹلی آ کے کوئی بندے پر لگ جاندے نے یا جرمن یا یورپ آ کے پر لگ جاندے نے سٹن لگ پے ہو کہ جی مینو این دیر ہو گئے پریشانیاں بھی بڑی ہوندیاں نے آپ کی بات بچا ہے لیکن جب تک جواب نہیں ہے بحث نہ کریں بحث پر آئے بحث نہ کریں جی بحث میرا میری جان حوالہ دے وہ جی پڑھ لی ہے نا اس بات کا جواب دے کیا پڑھیں ہم جب کہتے ہیں کہ یہ پڑھیں وہ آپ کہتے ہیں کہ نہیں یہ نہیں پڑھنا جب ہم آپ سے یہ پوچھ رہے ہیں کہ یہ والا عقیدہ کہ اللہ نے آفر کرائی ہے یہ کدھر سے آئی آفر یہ قرآن کی کس آیت سے یہ ثابت شدہ بات ہے کہ 60 سال کی زندگی مجھے دے دو میں تمہیں جنت میں ایک منی گارڈ بنا دوں گا. لعنت ہے تہاڈی زندگی دے اوتے تہاڈی تربیت دے اوتے لعنت ہے کہ تہاڈے ماں پیو نے تہانوں توحید نہ دسی کہ اللہ تعالیٰ دی ذات ہے اس دنیا تے وی ایک ہے تے قیامت والے دن وی ایک ہے تے جنت وی ایک ہوئے گی
ਆ ਗਿਆ ਬਹਿਸ ਕਰਨ ਮਤਲਬ ਇਟਲੀ ਜਾ ਕੇ ਨਾ ਸਰ 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 ਆਰਾਮ ਨਾਲ ਹੁਣ ਹੱਸਣਾ ਫਿਰ ਸਰ ਸਰ ਕਰਨਾ ਗੱਲ ਹੋ ਸਕਦੀ ਹੈ ਦੱਸੋ ਤੁਸੀਂ ਕੀ ਇਨਸਾਨ ਦੀਆਂ ਖਵਾਹਿਸ਼ਾਂ ਜੇ ਯਾਨੀ ਕਿ ਪੂਰੀਆਂ ਹੋਣ ਤੇ ਇਨਸਾਨ ਵੀ ਨਹੀਂ ਯਾਨੀ ਕਿ ਮਿਨੀ ਖੁਦਾ ਬਣ ਜਾਏਗਾ ਵੇ ਉਹ ਯਾਰ ਦੁਨੀਆ ਦੇ ਕਨਸੈਪਟ ਨਾਲ ਗੱਲ ਨਹੀਂ ਹੋ ਰਹੀ ਹੈ ਵੀ ਆਖਰਤ ਦੇ ਕਨਸੈਪਟ ਨਾਲ ਗੱਲ ਹੋ ਰਹੀ ਹੈ ਜਿੰਨੇ ਦੀ ਗੱਲ ਲੱਗਾ ਕਰਨ ਭਾਈ ਜੀ ਆਖਰਤ ਦੀ ਗੱਲ ਨਹੀਂ ਲੱਗਾ ਕਰਨ ਇੱਕ ਮਿੰਟ ਮੈਂ ਜੁਆਇਨ ਕਰਨਾ ਮੈਂ ਕਾਲ ਸੁਣਨਾ ਕਰੂੰ ਆ ਰਹੀ ਅੱਛਾ ਜੀ ਠੀਕ ਹੈ ਜੀ ਜਾਓ ਤੁਸੀਂ ਯਾਰ ਹੱਦ ਸਿਆਨ ਬਈ ਇਹ ਲੋਕਾਂ ਦੇ ਬਾਰਿਸ਼ ਦਾ ਪਰਦਾ ਪੈ ਗਿਆ ਜਿੰਜ ਕਾਦਿਆਨੀ ਨੇ ਨਾ ਉਹਨਾਂ ਨੂੰ ਜੋ ਮਰਜ਼ੀ ਆ ਲਓ ਦਲੀਲਾਂ ਦੇ ਲਓ ਜਿੱਥੋਂ ਮਰਜ਼ੀ ਦਲੀਲ ਦੇ ਲਓ ਉਹਨਾਂ ਨੂੰ ਕੁਰਾਨ ਤੋਂ ਭਾਵੇਂ ਜਿਹੜਾ ਦੇ ਲਓ ਦਲੀਲ ਲੇਕਿਨ ਉਹਨਾਂ ਦੀ ਇੱਕ ਹੀ ਚੀਜ਼ ਹੁੰਦੀ ਹੈ ਜੋ ਮਿਰਜ਼ੇ ਯਾਨੀ ਲਾਂਤੀ ਨੇ ਲਿਖਿਆ ਹੈ ਬਿਲਕੁਲ ਸਹੀ ਲਿਖਿਆ ਉਹਨੂੰ ਹੀ ਮੰਨਦੇ ਉਂਝ ਇਹ ਮਰਜ਼ਈ ਨੇ ਮਿਰਜ਼ਾ ਜਿਹੜਾ ਵੇ ਨਾ ਮੁਹੰਮਦ ਅਲੀ ਜੇਲ੍ਹ ਵੀ ਇਹਨੂੰ ਮੰਨਣ ਵਾਲੇ ਉਂਝ ਹੀ ਮਿਰਜ਼ਈ ਨੇ ਉਹ ਹੀ ਮਾਇੰਡ ਸੈਟ ਇਹਨਾਂ ਦਾ ਬਿਲਕੁਲ ਉਹੀ ਮਾਇੰਡ ਸੈਟ ਜੋ ਮਰਜ਼ੀ ਸਮਝਾ ਲਓ ਮਿਰਜ਼ਾ ਵੀ ਸੂਫੀਆਂ ਨੂੰ ਮੰਨਣ ਵਾਲਾ ਸੀ ਹੁਣ ਗੱਲ ਸੁਣਿਓ ਨੇ ਉਹ ਜੇ ਇੱਕ ਬਰਾਡ ਦੇ ਉੱਤੇ ਨਾ ਇੱਕ ਹਰਾਮ ਦਾ ਫਿਰਦਾ ਹੁੰਦਾ ਹੈ ਜਿਹੜਾ ਕਦੀ ਕਿਸੇ ਕੋ ਜੁੱਤੀਆਂ ਖਾ ਰਿਹਾ ਕਦੀ ਕਿਸੇ ਬਰਾਡ ਦੇ ਉੱਤੇ ਹਰ ਬਰਾਡ ਦੇ ਉੱਤੇ ਜੁੱਤੀਆਂ ਹੱਦਾਂ ਕਿ ਜਿਹਨਾਂ ਕੋਲ ਬਹਿੰਦਾ ਉਹ ਵੀ ਜੁੱਤੀਆਂ ਮਾਰਦੇ ਨੇ ਲੇਕਿਨ ਉਹ ਚੂੰਕਿ ਬਿਸੀ ਪਰੂਫ ਨੇ ਜੇਲ੍ਹ ਮੀ ਜਨਮੀ ਸਾਰੇ ਹੀ ਤਾਂ ਉਹ ਬਿਸੀ ਤਾਂ ਮਹਿਸੂਸ ਨਹੀਂ ਕਰਦੇ ਉਹ ਨਾਲ ਹੀ ਇਹ ਫਲਾਣੇ ਦੀ ਤਲੀਮ ਹੈ ਉਹ ਜਿਹੜਾ ਇੱਕ ਹੀ ਬਕਵਾਸ ਕਰਦਾ ਉਲਮਾ ਇਕਰਾਮ ਦੇ ਤੌਲੀ ਹੈਗਾ ਬਾਬਿਆਂ ਦੀ ਤਲੀਮ ਹੈਗੀ ਆ ਬਾਬੇ ਦੀ ਜੇ ਫਲਾਂ ਹੈ ਠੀਕ ਹੈ ਯੇ ਹੈ ਉਹ ਹੈ ਉਹ ਨਾ ਉਹਨੇ ਨਾ ਅਬਦੁੱਲਾ ਨੇ ਸਵਾਲ ਕਰ ਦਿੱਤਾ ਕਿ ਤੇਰਾ ਬਾਬਾ ਤੇ ਮਤਲਬ ਬੇਵੇ ਕਹਿੰਦਾ ਜੰਨਤ ਮੈਂ ਚਾਰ ਸ਼ੋਹਰ ਮਿਲੇ ਤੇਰੀ ਮਾਂ ਕੋ ਤੇਰੀ ਮਾਂ ਨੂੰ ਲੱਭ ਗਏ ਨੇ ਕਹਿਣ ਦਾ ਮਕਸਦ ਹੈ ਵੇ ਕਿ ਇਹਨਾਂ ਦੀ ਜਹਾਲਤ ਦਾ ਕੋਈ ਕਿਨਾਰਾ ਨਹੀਂ ਅਸੀਂ ਜਦੋਂ ਮਿਰਜ਼ੇ ਜੇਲਮੀ ਦੀ ਪੂਰੀ ਤਕਰੀਰ ਦੇ ਵਿੱਚੋਂ ਜਿਸ ਅਲਫਾਜ਼ ਨੂੰ ਜਾਂ ਜਿਸ ਸਤਰ ਨੂੰ ਪੇਸ਼ ਕਰਨੇ ਆ ਉਹ ਪੂਰੀ ਸਤਰ ਹੁੰਦੀ ਹੈ ਇੱਕ ਸੈਂਟੈਂਸ ਪੂਰਾ ਜਿਹੜਾ ਹੁੰਦਾ ਹੈ ਨਾ ਉਹ ਸੈਂਟੈਂਸ ਦੇ ਉੱਤੇ ਹੀ ਮਤਲਬ ਕਿ ਜਿਹੜਾ ਨਾ ਉਲਮਾ ਇਕਰਾਮ ਆਪਣੀ ਰਾਏ ਦਿੰਦੇ ਨੇ ਜਿਸ ਤਰ੍ਹਾਂ ਫਤਵਾ ਰਜ਼ਵੀਆ ਦੇ ਵਿੱਚ ਇਮਾਮ ਅਹਿਲ ਸੁਨਨ ਦੇ ਮਫਹੂਮ ਹੈ ਕਿ ਆਪ ਫਰਮਾਉਂਦੇ ਨੇ ਜਿਹਨੇ ਕਿਹਾ ਨਾ ਮਨ ਪੈਗੰਬਰੰ ਪੈਗੰਬਰਮ ਜਾਂ ਮਨ ਰਸੂਲ ਮਤਲਬ ਅਨਾ ਰਸੂਲ ਅੱਲਾ ਅਸਤਫਰੁੱਲਾ ਜਿਹਨੇ ਸਿਰਫ ਇਹ ਅਲਫਾਜ਼ ਕਹਿ ਦਿੱਤੇ ਨਾਊਜ਼ ਬਿੱਲਾ ਮਾਜ਼ ਅੱਲਾ ਨਕਲ ਕੁਫਰ ਕੁਫਰ ਨਾ ਬਾਸ਼ਿਦ ਕਿ ਮੈਂ ਪੈਗੰਬਰ ਹਾਂ ਜਾਂ ਮੈਂ ਰਸੂਲ ਹਾਂ ਉਹ ਕਫਰ ਹੋ ਗਿਆ ਇਹਦੇ ਐਸੇ ਉਹਦਾ ਅਗਲਾ ਦਿਬਾਚਾ ਅਤੇ ਪਿਛਲਾ ਦਿਬਾਚਾ ਅਗਲੀ ਗੱਲ ਅਤੇ ਪਿਛਲੀ ਗੱਲ ਪਿਛਲਾ ਸਫ਼ਾ ਪਿਛਲੇ ਸਫ਼ੇ ਦੀਆਂ 10 ਲੈਣਾ ਅਗਲੇ ਸਫ਼ੇ ਦੀਆਂ 20 ਲੈਣਾ 2 ਘੰਟੇ ਦੀ ਮਿਰਜ਼ੇ ਜੇਲਮੀ ਦੀ ਵੀਡੀਓ ਅਗਲੀ ਸੁਣੋ ਫਿਰ ਅਗਲਾ ਉਹਦਾ ਲੈਕਚਰ ਜਿਹੜਾ ਆਉਣ ਵਾਲਾ ਉਹ ਵੀ ਸੁਣਿਓ ਜੇ ਤਾਂ ਫਿਰ ਤੁਹਾਨੂੰ ਗੱਲ ਦੀ ਸਮਝ ਆਉਣੀ ਨਾ 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 ਬਾਈ ਪੂਰੀ ਇਬਾਰਤ ਦੇ ਵਿੱਚੋਂ ਜਿਸ ਸਫ਼ਰ ਦੇ ਸਤਰ ਦੇ ਉੱਤੇ ਕਲਮਾ ਸਰੀ ਜਿਹਨੂੰ ਆਉਂਦੇ ਹਾਂ ਉਹਦੇ 'ਤੇ ਤਵੀਲ ਕੋਈ ਨਹੀਂ ਹੁੰਦੀ ਜਿਹੜਾ ਪੱਕਾ ਔਰ ਸਾਫ਼ ਸਿੱਧਾ ਕਲਮਾ ਹੈ ਨਾ ਸਤਰ ਜਿਹਨੂੰ ਆਉਂਦੇ ਹਾਂ ਜਿਹੜਾ ਅਲਫਾਜ਼ ਦਾ ਚੁਣਾਓ ਇੱਕ ਐਸੀ ਚੀਜ਼ ਹੈ ਕਿ ਅਗਰ ਇੱਕ ਲਫ਼ ਇੱਕ ਸਤਰ ਦੇ ਵਿੱਚ ਮੈਂ ਇਹ ਕਹਿ ਦੇਣਾ ਵਾਂ
ਮਿਸਾਲ ਤੌਰ 'ਤੇ ਸੀ, ਮਿਸਾਲ ਕਿ ਮੈਂ ਲਾਹੌਰ ਜਾ ਰਿਹਾ ਹਾਂ, ਹੁਣ ਇਹਦਾ ਇਹ ਮਤਲਬ ਹੋਏਗਾ ਕਿ ਮੈਂ ਲਾਹੌਰ ਨਹੀਂ ਜਾ ਰਿਹਾ, ਮੈਂ ਮੁਲਤਾਨ ਜਾ ਰਿਹਾ, ਇਹਦਾ ਇਹ ਮਤਲਬ ਹੋਏਗਾ ਕਿ ਨਹੀਂ ਮੈਂ ਪਿੰਡੀ ਜਾ ਰਿਹਾ, ਉਹ ਭਾਈ ਮੈਂ ਲਾਹੌਰ ਜਾ ਰਿਹਾ ਹੂੰ, ਇਹਦਾ ਮਤਲਬ ਇਹ ਹੀ ਹੈ ਕਿ ਮੈਂ ਲਾਹੌਰ ਹੀ ਜਾ ਰਿਹਾ। ਅੱਛਾ ਸੁਹਾਨ ਭਾਈ, ਇਹਦੇ 'ਚ ਐਜਾ ਜਿਹੜੀ ਮਿਰਜ਼ੇ ਇੰਜੀਨੀਅਰ ਦੀ ਸਟੇਟਮੈਂਟ ਹੈ ਨਾ, ਇਹਦੇ 'ਚ ਬੜੀਆਂ ਕੁਛ ਨਾ ਖਾਸ ਨੇ ਚੀਜ਼ਾਂ। ਹੁਣ ਉਹਨੇ ਇਹਦੇ 'ਚ ਪੂਰੀ ਸਟੇਟਮੈਂਟ ਇਹ ਦਿੱਤੀ ਹੈ ਕਿ ਜੇ ਅੱਲਾ ਨੇ ਆਫਰ ਦਿੱਤੀ ਹੈ ਕਿ ਮੈਨੂੰ 7 ਸਾਲ ਜ਼ਿੰਦਗੀ ਦੇ ਦਿਓ ਅਤੇ ਜੰਨਤ 'ਚ ਤੁਹਾਨੂੰ ਮੈਂ ਇੱਕ ਮਿਨੀ ਖੁਦਾ ਬਣਾ ਦਿਆਂਗਾ, ਤੁਹਾਨੂੰ ਕੁਨ ਫਾਇਆ ਕੂਨ ਦੀ ਅੱਲਾ ਪਾ ਦੀ ਜਿਹੜੀ ਇਹਦੀ ਜ਼ਾਤੀ ਸਿਫਤ ਮਿਲ ਜਾਏਗੀ। ਹਾਂਜੀ, ਉਸ ਤੋਂ ਬਾਅਦ ਕਿ ਇਨਸਾਨ ਯਾਨੀ ਕਿ ਦਾ ਹਯਾਤ ਯਾਨੀ ਜ਼ਿੰਦਾ ਰਹੇਗਾ ਕੂ, ਹਾਂਜੀ ਮਿਰਜ਼ਾ ਬਣਾਉਂਦਾ ਵੇ ਹਾਈ ਦੀ ਸਿਫਤ, ਯਾਨੀ ਕਿ ਹਾਈ ਦੀ ਜਿਹੜੀ ਸਿਫਤ ਸ਼ਾਇਦ ਮਿਰਜ਼ਾਈਆਂ ਨੂੰ ਹਾਲੇ ਤੱਕ ਪਤਾ ਨਹੀਂ ਲੱਗਾ, ਉਹ ਇਹ ਵੇ ਕਿ ਅੱਲਾਹ ਜਿਹੜਾ ਵੇ ਉਹ ਅੱਲਾਹ ਪਾਕ ਜਿਹੜੇ ਨੇ ਅਜ਼ਲ ਤੋਂ ਲੱਗ ਕੇ ਅਬਦ ਤੱਕ ਨੇ, ਉਹ ਉਸ ਜਿਹੜੀ ਇਹਨਾਂ ਸਿਫਤੋਂ ਨੂੰ ਬੋਲਦੇ ਨੇ ਹਈ, ਲੇਕਿਨ ਮਿਰਜ਼ਾ ਨੇ ਹਈ ਦੀ ਜਿਹੜੀ ਇਹ ਸਿਫਤ ਆਪਣੇ ਮਿਨੀ ਹੁਦਾਵਾਂ ਨੂੰ ਦੇ ਦਿੱਤੀ। ਹਾਲਾਂਕਿ ਇੱਕ ਇਨਸਾਨ ਜਿਹੜਾ ਹੁੰਦਾ ਉਹ ਯਾਨੀ ਪੈਦਾ ਹੁੰਦਾ ਵੇ, ਉਹ ਨਾਂ ਤੇ ਅਜ਼ਲ ਤੋਂ ਮੌਜੂਦ ਸੀ, ਹਾਂਜੀ, ਲੇਕਿਨ ਜੰਨਤ 'ਚ ਜਾ ਕੇ ਵੱਲਾ ਆਲਮ, ਹਾਂਜੀ। ਅਤੇ ਦੂਸਰੀ ਗੱਲ ਇਹ ਵੇ ਇਹਦੇ 'ਚ ਉਹਨੇ ਇੱਕ ਬਗੈਤੀ ਜਿਹੜੀ ਕੀਤੀ ਨਾ ਲੋਕਾਂ ਨੂੰ ਯਾਨੀ ਕਿ ਕਨਫਿਊਜ਼ ਬਣਾਉਣ ਵਾਸਤੇ, ਉਹਨੇ ਕਿਹਾ ਜੀ ਕਿ ਖਾਲਕ ਅਤੇ ਮਖਲੂਕ ਦਾ ਫਰਕ ਜਿਹੜਾ ਵਿੱਚ, ਹੁਣ ਖਾਲਕ ਅਤੇ ਮਖਲੂਕ ਦਾ ਫਰਕ ਵੇਖੋ ਜੀ, ਜਦੋਂ ਮਿਰਜ਼ੇ ਨੇ ਇਹ ਗੱਲ ਕੀਤੀ ਕਿ ਅੱਲਾਹ ਨੇ 7 ਸਾਲ ਦੀ ਆਫਰ ਯਾਨੀ ਦਿੱਤੀ ਹੈ ਅਤੇ ਜੰਨਤ 'ਚ ਅੱਲਾਹ ਪਾਕ ਇਨਸਾਨ ਨੂੰ ਮਿਨੀ ਖੁਦਾ ਬਣਾ ਦੇਗਾ। ਅੱਛਾ, ਇਹ ਜਿਹੜੀ ਗੱਲ ਹੈ ਪਹਿਲੀ ਤਾਂ ਸਾਡਾ ਇਤਰਾਜ਼ ਦੇਣ ਦੇ, ਉਸ ਤੋਂ ਬਾਅਦ ਹੁਣ ਵੇਖੋ ਇੱਥੇ ਮੈਂ ਨਾ ਖਾਲਕ ਅਤੇ ਮਖਲੂਕ ਦਾ ਫਰਕ ਮੁਕਾਉਣ ਲੱਗਾ ਵਾਂ। ਅੱਛਾ, ਇਹਨੀ ਪਹਿਲੀ ਸਟੇਟਮੈਂਟ ਨੇ ਜੀ ਜੀ ਅੱਲਾਹ ਪਾਕ ਯਾਨੀ ਇਨਸਾਨ ਨੂੰ ਮਿਨੀ ਖੁਦਾ ਬਣਾ ਦੇਗਾ, ਕਿਸ ਬੇਸ 'ਤੇ? ਹਈ ਦੀ ਸਿਫਤ ਦੀ ਬੇਸ 'ਤੇ, ਹਾਂਜੀ, ਕਿ ਜੀ ਉਹ ਜੀ ਅੱਲਾਹ ਦੀ ਵੀ ਸਿਫਤ ਹੈ ਅਤੇ ਉਹ ਜਿਹੜੀ ਯਾਨੀ ਕਿ ਇੱਕ ਖਾਸ ਸਿਫਤ ਉਹ ਜਿਹੜਾ ਵੇ ਉਹ ਮਿਲ ਜੇ, ਉਹ ਮਿਲ ਜੇ ਇਨਸਾਨ ਨੂੰ ਵੀ, ਅਤੇ ਇਸ ਬੇਸ 'ਤੇ ਬਣਾਇਆ। ਅੱਛਾ, ਮੇਰਾ ਸਵਾਲ ਇਹ ਵੇ ਕਿ ਜਿਹੜੀ ਨਾਲ ਉਹਨੇ ਇਹ ਗੱਲ ਕੀਤੀ ਹੈ ਕਿ ਇਨਸਾਨ ਨੂੰ ਕੁਨ ਫਾਇਆ ਕੂਨ ਦੀ ਜਿਹੜੀ ਅੱਲਾਹ ਦੀ ਯਾਨੀ ਜ਼ਾਤੀ ਸਿਫਤ ਉਹ ਵੀ ਇਨਸਾਨ ਨੂੰ ਮਿਲ ਜਾਏਗੀ, ਜਦੋਂ ਇਹ ਵਾਲੀ ਸਿਫਤ ਮਿਲ ਗਈ ਤਾਂ ਫਿਰ ਮੇਰਾ ਵੀਰ ਖਾਲਕ ਅਤੇ ਮਖਲੂਕ ਦਾ ਫਰਕ ਬਾਕੀ ਬਚਦਾ ਨਹੀਂ, ਹਾਂਜੀ, ਫਿਰ ਇਹਦੇ 'ਚ ਖਾਲਕ ਅਤੇ ਮਖਲੂਕ ਦਾ ਫਰਕ ਬਚਦਾ ਹੀ ਨਹੀਂ। ਇਹ ਸਿਰਫ ਜਿਹੜੀ ਉਹਨੇ ਵਿੱਚ ਨਾ ਗੱਲ ਕੀਤੀ ਜਿਹਦੀ ਵਜ੍ਹਾ ਤੋਂ ਮਰਦਾ ਹੀ ਜਿਹੜਾ ਬੋਲਦੇ ਨਹੀਂ ਜੀ, ਉਹ ਵੇਖੋ ਜੀ ਖਾਲਕ ਅਤੇ ਯਾਨੀ ਕਿ ਖਾਲਕ ਅਤੇ ਮਖਲੂਕ ਦਾ ਫਰਕ ਜਿਹੜਾ ਨਾ ਪਾਇਆ ਮਿਰਜ਼ੇ ਨੇ ਵਿੱਚ। ਅੱਛਾ ਜੀ, ਅਗਰ ਇਨਸਾਨ ਨੂੰ ਉੱਥੇ ਮਿਨੀ ਖੁਦਾ ਬਣ ਕੇ ਕੁਨ ਫਾਇਆ ਕੁਨ ਦੀ ਸਲਾਹੀਅਤ ਮਿਲ ਗਈ ਅਤੇ ਉਸ ਉਹ ਇਹ ਉਹ ਹੀ ਮਿਲੇਗੀ ਫਿਰ, ਜੇ ਯਾਨੀ ਕਿ ਮਿਲੀ ਨਾ ਮਿਰਜ਼ੇ ਯਾਨੀ ਮਿਰਜ਼ੇ ਦੇ ਬਕੌਲ, ਅਤੇ ਉਹਦੇ ਜ਼ਰੀਏ ਕਿਉਂਕਿ ਅੱਲਾਹ ਨੇ ਸਾਰੀ ਜ਼ਮੀਨਾਂ ਬਣਾਈਆਂ, ਅਸਮਾਨ ਬਣਾਏ, ਇਨਸਾਨ ਬਣਾਏ, ਹੈਵਾਨ ਬਣਾਏ, ਸਾਰੀ ਮਖਲੂਕਾਤ ਬਣਾਈਆਂ, ਹਰ ਚੀਜ਼ ਬਣਾਈ ਉਸ ਸਿਫਤ ਦੇ ਜ਼ਰੀਏ, ਜੇ 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 ਉਹ ਹੀ ਅੱਲਾਹ ਦੀ ਜ਼ਾਤੀ ਸਿਫਤ ਇਨਸਾਨ ਨੂੰ ਮਿਲ ਗਈ
ਤੇ ਫਿਰ ਇਹਦਾ ਮਤਲਬ ਇਹ ਕਿ ਮਿਰਜ਼ੇ ਦੇ ਬਕੋਲ ਜਿਹੜਾ ਮਿਨੀ ਖੁਦਾ ਉੱਥੇ ਜਿਹਦੇ ਕੋਲ ਖੂਨ ਪਾਇਆ ਖੂਨ ਦੀ ਸਲਾਹੀਅਤ ਹੋਈ ਉਹ ਬੰਦਾ ਤੇ ਫਿਰ ਜਿਹੜਾ ਵੇ ਉਹ ਯਾਨੀ ਕਿ ਆਪਣੇ ਮੁਤਾਬਕ ਜ਼ਮੀਨਾਂ ਵੀ ਫਿਰ ਨਾ ਬਣਾ ਲਏਗਾ ਉਹ ਮਖਲੂਕਾਤ ਵੀ ਬਣਾ ਲਏਗਾ ਉਹ ਫਿਰ ਜੀ ਹਰ ਚੀਜ਼ ਨੂੰ ਜਿਹੜਾ ਵੇ ਨਾ ਬਣਾ ਸਕਦਾ ਤੇ ਫਿਰ ਮੇਰਾ ਵੀਰ ਖਾਲਕ ਤੇ ਮਖਲੂਕ ਦਾ ਫਰਕ ਵਿੱਚ ਹੈ ਕੀ ਮੇਰਾ ਮਜ਼ਾਈਆ ਤੋਂ ਸਵਾਲ ਇਹ ਹੁੰਦਾ ਤੇ ਅੱਜ ਤੱਕ ਕਿਸੇ ਮਜ਼ਾਈ ਨੇ ਏਦਾਂ ਨਾ ਜਵਾਬ ਦਿੱਤਾ ਬਲਕਿ ਉਲਟਾ ਉਹਨੇ ਜੀ ਤੁਹਾਨੂੰ ਜਿਹੜਾ ਜਿਹੜਾ ਵੇ ਨਾ ਸਮਝ ਨਹੀਂ ਆਉਂਦੀ ਦੂਜੇ ਤੇ ਬਸ ਜੀ ਜਿਹੜਾ ਵੇ ਪਰਚੀਆਂ ਫੜ ਲੈਂਦੇ ਹੱਥ ਤੇ ਮੌਲਵੀਆਂ ਦੀ ਮੰਨਦੇ ਹੋ ਸਿਰਫ ਯਾਰ ਸ਼ਰਮ ਕਰੋ ਐਸੇ ਐਸੇ ਬਗੈਰ ਤੋਂ ਤੁਸੀਂ ਤੁਹਾਡੇ 'ਚ ਸ਼ਰਮ ਹੀ ਮੁੱਕ ਗਈ ਜੀ ਕਿ ਸਾਫ਼ ਸਾਫ਼ ਸਾਨੂੰ ਕੁਰਾਨ ਦੇ ਵਿੱਚ ਮਿਲਦਾ ਪਿਆ ਵੇ ਕੁਲ ਹੁਵ ਅੱਲਾਹੁ ਅਹਦ ਅੱਲਾਹ ਸਮਦ ਹਾਂਜੀ ਦੇਖੋ ਲਮ ਯਲਿਦ ਵਲਮ ਯੂਲਦ ਵਲਮ ਯਕੁਲ ਲਹੁ ਕੁਫਵਨ ਅਹਦ ਯਾਰ ਉਹਦੇ ਵਰਗਾ ਹੈ ਹੀ ਕੋਈ ਨਹੀਂ ਉਹ ਤੇ ਇਕੱਲਾ ਉਹਦਾ ਕੋਈ ਸ਼ਰੀਕ ਨਹੀਂ ਤੇ ਇਹ ਜਿਹੜੇ ਮਰਜ਼ਈ ਨੇ ਵੇਖੋ ਇੱਥੇ ਆ ਕੇ ਫਿਰ ਮੈਂ ਨਹਾਉਣਾ ਵਾਂ ਕਿ ਇਹ ਜਿਹੜੇ ਮਰਜ਼ਈ ਨੇ ਤਾਂ ਜੀ ਲਾ ਲੈਣਾ ਇਹਨਾਂ ਦੀ ਸੋਚ ਇਹਨਾਂ ਦਾ ਤਰੀਕਾ ਸਾਰਾ ਮਿਰਜ਼ਾ ਕਾਦਿਆਨੀ ਦੇ ਜਿਹੜੇ ਨਾ ਫਾਲੋਅਰ ਉਹਨਾਂ ਨਾਲ ਮਿਲਦਾ ਉਹ ਉਹ ਕਹਿੰਦੇ ਹੋਣ ਮੇਰੇ ਕੋਲ ਇਹ ਸਵਾਲ ਪੁੱਛਣਗੇ ਲੋਕ ਜੀ ਜੀ ਐਵੇਂ ਤੁਸੀਂ ਬਸ ਐਵੇਂ ਜੀ ਬੋਲ ਦਿੰਦੇ ਹੋ ਜੀ ਇਹਦਾ ਕੋਈ ਇਹਦੀ ਕਿ ਸਬੂਤ ਹੈ ਹੀ ਨਹੀਂ ਮੈਂ ਸਬੂਤ ਵੀ ਦੇਣ ਵਾਸਤੇ ਮੈਂ ਤਿਆਰ ਹੁਣ ਮਿਰਜ਼ਾ ਕਾਦਿਆਨੀ ਨੇ ਮਾਜ਼ ਅੱਲਾ ਇਹ ਆਖਿਆ ਕਿ ਮੇਰਾ ਖੁਦਾ ਮੇਰੇ ਕੋਲ ਆਇਆ ਉਹਨੇ ਮੇਰੇ ਨਾਲ ਜਿਹੜਾ ਵੇ ਜੂਲੀਅਤ ਦਾ ਇਜ਼ਹਾਰ ਕੀਤਾ ਯਾਨੀ ਕਿੱਡਾ ਵੱਡਾ ਬੁਹਤਾਨ ਹੈ ਮਾਜ਼ ਅੱਲਾ ਹਾਂਜੀ ਉਸ ਤੋਂ ਬਾਅਦ ਉਹਨੇ ਕੀ ਕਿਹਾ ਉਸ ਤੋਂ ਬਾਅਦ ਕਿਹਾ ਜੀ ਮੈਂ ਹੀ ਅੱਲਾ ਦੇ ਪਾਣੀ 'ਚ ਪੈਦਾ ਆਇਆ ਮਾਜ਼ ਅੱਲਾ ਮਿਰਜ਼ੇ ਕਾਦਿਆਨੀ ਨੇ ਕਿਹਾ ਜੀ ਮੈਂ ਯਾਨੀ ਖੁਦਾ ਦਾ ਬੇਟਾ ਵੀ ਹਾਂ ਉਹਨੇ ਮਿਰਜ਼ੇ ਨੇ ਕਿਹਾ ਜੀ ਮੈਂ ਜਿਹੜਾ ਜ਼ਮੀਨੋ ਅਸਮਾਨ ਵੀ ਬਣਾਇਆ ਮੈਨੂੰ ਅੱਲਾ ਨੇ ਕੁਨ ਫਾਇਆ ਕੂਨ ਦੀ ਸਲਾਹੀਅਤ ਵੀ ਦਿੱਤੀ ਹੁਣ ਇਹ ਦੱਸੋ ਇਹ ਜਿਹੜਾ ਮਿਨੀ 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 ਖੁਦਾ ਦਾ ਕੀਤਾ ਮਿਰਜ਼ਾ ਇਹਦਾ ਮਿਰਜ਼ਾ ਮੁਹੰਮਦ ਅਲੀ ਦਾ ਵੇ ਇਹ ਮਿਰਜ਼ੇ ਕਾਦਿਆਨੀ ਤੋਂ ਮੁਖਤਲਫ ਕਿੰਝ ਹੋਇਆ ਤੁਸੀਂ ਯਾਨੀ ਸਮਝ ਲਵੋ ਕਿ ਮਿਰਜ਼ੇ ਦੀ ਇਸ ਸਟੇਟਮੈਂਟ ਦੀ ਵਜ਼ਾਹਤ ਜਿਹੜੀ ਨਾ ਉਹ ਮਿਰਜ਼ੇ ਕਾਦਿਆਨੀ ਦੀਆਂ ਬੁੱਕਾਂ 'ਚ ਮੌਜੂਦ ਹੈ ਅਤੇ ਜੇ ਹਾਲੇ ਵੀ ਇਹ ਮਿਰਜ਼ੇ ਇਹਦੇ ਮਿਰਜ਼ੇ ਮੁਹੰਮਦ ਅਲੀ ਦੇ ਮੰਨਣ ਵਾਲਿਆਂ ਨੂੰ ਸਮਝ ਜਿਹੜਾ ਜਿਹੜਾ ਵੇ ਨਾ ਇਹਦੇ ਉਮਰ ਦੀ ਇਹਨਾਂ ਦੀ ਅੱਛਾ ਉਸ ਤੋਂ ਬਾਅਦ ਮੈਨੂੰ ਇਹ ਲੱਗਦਾ ਵੇ ਕਿਉਂਕਿ ਜਿਹੜੇ ਕਾਦਿਆਨੀ ਨੇ ਉਹ ਜੋ ਮਿਰਜ਼ੇ ਨੇ ਕਿਹਾ ਉਹਨਾਂ ਮੰਨ ਲਿਆ ਹਾਲਾਂਕਿ ਮੁਸਲਮਾਨ ਤਕਰੀਬਨ 150 ਸਾਲ ਹੋ ਗਿਆ ਉਹਨਾਂ ਨੂੰ ਬਾਅਦ ਬਾਅਦ ਜਿਹੜਾ ਨਾ ਸਮਝਾ ਰਹੇ ਨੇ ਯਾਰ ਤੁਸੀਂ ਵੇਖ ਲਵੋ ਇਹ ਜਿਹੜਾ ਮਸਲਾ ਇੰਜੇ ਇਹਦੀ ਹਕੀਕਤ ਹੈ ਉਹ ਆਂਦੇ ਨਹੀਂ ਜੇ ਅਸਾਂ ਉਹਨੂੰ ਜੀ ਨਬੀ ਮੰਨ ਲਿਆ ਉਹਨੂੰ ਮਾਸੂਮ ਮੰਨ ਲਿਆ ਬਸ ਅਸਾਂ ਉਹਦੀ ਮੰਨੀ ਹੁਣ ਮਿਰਜ਼ਾ ਜਿਹਨੇ ਵਾਲੇ ਲੋਕ ਜਿਹੜੇ ਨੇ ਉਹ ਵੀ ਇਹ ਕਰਦੇ ਨੇ ਸਾਹਮਣੇ ਜਿਹੜਾ ਵੇ ਹਦੀਸ ਵਹਾਈ ਦੀ ਸੇਮ ਇਹ ਵੇਖ ਲਓ ਮਿਰਜ਼ੇ ਨੇ ਹਾਫ ਪੇਸ਼ ਕੀਤੀ ਹੈ ਜਾਂ ਹਦੀਸ ਸ਼ਰੀਫ ਦੇ ਅਲਫਾਜ਼ ਬਦਲ ਕੇ ਉਹਨੇ ਪੇਸ਼ ਕੀਤੇ ਨੇ ਉਹ ਆਂਦੇ ਨਹੀਂ ਜੀ ਨਹੀਂ ਇਹ 'ਚ ਕਿਤਾਬਾਂ ਬਦਲੀਆਂ ਨੇ ਹੁਣ ਤੁਸੀਂ ਇਹ ਯਾਨੀ ਕਿ ਮਿਰਜ਼ਾ ਜਿਹਨੇ ਉਹਨੂੰ ਵੀ ਇੰਨਾ ਮਾਸੂਮ ਜਿਹੜਾ ਮੰਨ ਲਿਆ ਤੇ ਬਸ ਮਿਰਜ਼ਈ ਆਪਣੇ ਮੂੰਹ 'ਚ ਉਹਨੂੰ ਨਾ ਪੈਗੰਬਰ ਨਹੀਂ ਆਉਂਦੇ ਵਰਨਾ ਜੋ ਇਹਨਾਂ ਦੀਆਂ ਸਟੇਟਮੈਂਟਸ ਨੇ ਇਹਨਾਂ ਦਾ ਜੋ ਹਾਲ ਹੈ ਮੇਰਾ ਨਜ਼ਰੀਆ ਇਹ ਹੈ ਕਿ ਇਹਨਾਂ ਉਸ ਮਿਰਜ਼ੇ ਜਿਹਨੀਆਂ ਨੂੰ ਵੀ ਆਪਣਾ ਪੈਗੰਬਰ ਜਿਹੜਾ ਫਿਰ ਮੰਨ ਲਿਆ ਕਿਉਂਕਿ ਉਹਨੂੰ ਇਹ ਮੁਜੱਦਦ ਮੰਨਦੇ ਨੇ ਉਹਨੂੰ ਇਹ ਇਮਾਮ ਮੰਨਦੇ ਨੇ ਮਿਰਜ਼ਾ ਕੀ ਰਹਿੰਦਾ ਕਿ ਹੋਣ ਵਕਤ ਦੇ ਵਿੱਚ ਇੱਕ ਮੈਂ ਹੀ ਬਚਿਆ ਹਾਂ ਸਿਰਫ ਜਿਹਨੇ ਲੋਕਾਂ ਦੇ ਸਾਹਮਣੇ ਖਾਲਸ ਇਸਲਾਮ ਪੇਸ਼ ਕੀਤਾ
ਯਾਨੀ 1500 ਸਾਲ ਦੇ ਵਿੱਚ ਅੱਜ ਤੱਕ ਕਿਸੇ ਵੀ ਖਾਲਸ ਸਲਾਮ ਨਹੀਂ ਸੀ ਪੇਸ਼ ਕੀਤਾ, ਸਿਰਫ ਮੈਂ ਜਿਹੜਾ ਵੀ ਨਾ ਪੇਸ਼ ਕੀਤਾ ਖਾਲਸ ਸਲਾਮ। ਹੁਣ ਇਹ ਜਿਹੜੀਆਂ ਉਹਦੀਆਂ ਸਟੇਟਮੈਂਟਾਂ ਨੇ ਇਹਨੂੰ ਜਿਹੜਾ ਵੀ ਸਾਰੇ ਭਾਈ ਵੇਖ ਲੈਣ, ਸੋਚ ਲੈਣ, ਜੇ ਮੈਂ ਜਿੰਨੀਆਂ ਗੱਲਾਂ ਕੀਤੀਆਂ, ਜੇ ਕਿਸੇ ਬੰਦੇ ਨੂੰ ਇਤਰਾਜ਼ ਹੋਏ ਤੇ ਇਨਸ਼ਾਲਾ ਸਬੂਤ ਦੇਣਾ ਮੇਰਾ ਕੰਮ, ਜੇ ਮੈਂ ਨਾ ਸਬੂਤ ਦੇ ਸਕਾਂ ਜੋ ਸਜ਼ਾ ਚੋਰ ਦੀ ਹੈ ਉਹ ਮੇਰੀ, ਮੈਂ ਮਾਫ਼ੀ ਵੀ ਮੰਗਾਂਗਾ। ਸਹੀ ਹੈ, ਜਿਹੜੇ ਪਲੇਟਫਾਰਮ ਜਾ ਕੇ ਮੰਗ ਮਾਫ਼ੀ ਮੈਂ ਇਨਸ਼ਾਲਾ ਮੰਗਾਂਗਾ, ਜੇ ਮੇਰੀ ਇੱਕ ਗੱਲ ਵੀ ਇਹ ਨਾ ਅਕਲ ਦਿੰਦੀ ਹੈ। ਯਾਰ ਸੋਚੋ ਮਰਦਈਓ, ਇਸ ਮਿਰਜ਼ੇ ਮਿਰਜ਼ਾ ਇੰਜੀਨੀਅਰ ਨੂੰ ਮੰਨਣ ਵਾਲੇ ਹੋ, ਕੁਛ ਸ਼ਰਮ ਖਾ ਲਓ। ਉਹ ਮਿਰਜ਼ਾ ਇੰਜੀਨੀਅਰ ਜਿਹੜਾ ਵੇ ਉਹਨੇ ਤੋਹੀਨ ਜਿਹੜੀ ਹੈ ਤੋਹੀਦ ਦੀ ਵੀ ਕੀਤੀ, ਤੋਹੀਨੇ ਰਸਾਲਤ ਦਾ ਮਰਤਕਬ ਵੀ ਹੋਇਆ ਬੰਦਾ, ਤੋਹੀਨੇ ਸਾਬਾ ਦਾ ਵੀ ਮਰਤਕਬ, ਤੇ ਅੱਲਾਹ ਦੇ ਜਿੰਨੇ ਨੇਕ ਬੰਦੇ ਨੇ ਸਾਰਿਆਂ ਦਾ ਗੁਸਤਾਖ ਬੰਦਾ, ਕਿਉਂਕਿ ਕਹਿੰਦਾ ਮੈਂ ਮੰਨਦੇ ਨਹੀਂ ਕਿਸੇ ਨੂੰ, ਇੱਕ ਮੈਂ ਹੀ ਬੰਦਾ ਵਾਂ ਜਿਹਨੂੰ ਸਲਾਮ ਦੀ ਸਮਝ ਆਈ। ਕਾਦੀਆਨੀਆਂ ਦੇ ਬਾਰੇ 'ਚ ਕੀ ਆਉਂਦਾ, ਉਹਨਾਂ ਦੇ ਬਾਰੇ 'ਚ ਇਹ ਆਉਂਦਾ ਜੀ ਹਮ ਉਨਕੋ ਕਾਫਰ ਇਸ ਲਈ ਬੋਲਤੇ ਹੈ ਕਿਉਂਕਿ ਉਹ ਹਮੇ ਬੋਲਦੇ ਹਾਂ ਕਾਫਰ। ਯਾਰ ਹੱਦ ਹੋ ਗਈ, ਉਹਨਾਂ ਦਾ ਕਲਮਾ ਹੋਰ। ਅੱਛਾ ਹੁਣ ਮੰਡਿਆ ਕਹਿੰਦੇ ਯਾਰ ਕਲਮਾ ਤੇ ਜਿਹੜਾ ਮਿਰਜ਼ਈ ਯਾਨੀ ਕਾਦੀਆਨੀ ਜਿਹੜੇ ਨੇ ਪੜ੍ਹਦੇ ਨੇ ਉਹ ਤੇ ਸੇਮ ਮੁਸਲਮਾਨਾਂ ਵਾਲਾ ਜੀ, ਲਾ ਇਲਾਹ ਇਲੱਲਾ ਮੁਹੰਮਦ ਤੂੰ ਰਸੂਲੁਲਲਾਹ, ਇਹਦੇ 'ਚ ਫਰਕ ਹੋਈ? ਇਹ ਹਵਾਲਾ ਮੈਂ ਲਿਆਂਗਾ ਕਿ ਜਿੱਥੇ ਤਕਰੀਬਨ 17 ਤੋਂ 18 ਹਵਾਲੇ ਨੇ ਮੇਰੇ ਕੋਲ ਮੌਜੂਦ ਨੇ, ਇਹ ਮੇਰੇ ਮੋਬਾਈਲ ਹੈ, ਜਿਹਦੇ 'ਚ ਮਿਰਜ਼ੇ ਕਾਦੀਆਨੀ ਨੇ ਆਖਿਆ ਕਿ ਮੇਰਾ ਵੀ ਨਾਮ ਮੁਹੰਮਦ ਹੈ ਮਾਜ਼ ਅੱਲਾਹ, ਅਤੇ ਮੇਰਾ ਹੀ ਨਾਮ ਰਸੂਲ ਹੈ, ਮੇਰਾ ਹੀ ਨਾਮ ਅਹਿਮਦ ਹੈ, ਮੈਂ ਬਸ ਤੇ ਸਾਨੀਆਂ ਵਾਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ। ਹਾਂਜੀ, ਕਲਮੇ ਦੇ ਵਿੱਚ ਮੁਹੰਮਦ ਉਮਰਾਦ ਜਿਹੜੇ ਕਾਦੀਆਨੀ ਨੇ ਉਹ ਮਿਰਜ਼ਾ ਕਾਦੀਆਨੀ ਨੂੰ ਦੇ ਗਏ, ਲੇਕਿਨ ਇਹ ਬੰਦਾ ਕੀ ਕਹਿੰਦਾ ਜੀ ਉਹ ਜੀ ਹਮ ਇਸ ਲਈ ਉਨਕੋ ਕਾਫਰ ਬੋਲਦੇ ਹਾਂ ਜੀ ਕਿ ਉਹ ਹਮੇ ਬੋਲਦੇ ਹਾਂ, ਉਹ ਹਮੇ ਬੋਲਣਾ ਛੋੜਦੇ ਤੋ ਹਮ ਵੀ ਨਹੀਂ ਬੋਲੇਗੇ। ਉਸ ਤੋਂ ਬਾਅਦ ਮਿਰਜ਼ਾ ਇੰਜੀਨੀਅਰ ਕੀ ਕਹਿੰਦਾ ਜੀ ਜੀ ਜੋ ਅਜ਼ਾਏ ਵਧੂ ਹੈ ਉਹ ਜੋ ਕਾਦੀਆਨੀਓ ਕੇ ਵੀ ਚਮਕ ਰਹੇ ਹੋ। ਇਸ ਸਟੇਟਮੈਂਟ ਮੈਂ ਕਿਹਾ, ਇਸ ਸਟੇਟਮੈਂਟ ਮੈਂ ਇਹ ਹੈ ਕਿ ਉਹ ਵੀ ਉਨਕੋ ਮੁਸਲਮਾਨ ਬਣਾ ਕੇ ਦਿਖਾ ਰਿਹਾ, ਕਿਉਂਕਿ ਹਦੀਸ ਸ਼ਰੀਫ ਮੈਂ ਜੋ ਮਿਲਤਾ ਹੈ ਉਹ ਤੋਂ ਮੁਸਲਮਾਨੋ ਕੇ ਮਿਲਤੇ, ਉਹ ਤੋਂ ਮੇਰੇ ਆਕਾ ਕੇ ਗੁਲਾਮੋ ਕੇ ਮਿਲਦੇ ਹੈ ਜ਼ਾਇਬਜ਼। ਹਾਂਜੀ, ਤੋ ਇਹ ਜੋ ਚੀਜ਼ੇ ਹੈ ਇਹ ਮਰਜ਼ਈਓ ਕੋ ਪਤਾ ਨਹੀਂ ਕਿਉਂ ਨਹੀਂ ਆਤੀ ਸਮਝ, ਹਮ ਤੋ ਪਰੇਸ਼ਾਨ ਹੋ ਗਿਆ ਯਾਰ, ਪਿਛਲੇ 3-4 ਸਾਲ ਸੇ ਇਨਕੋ ਸਮਝਾ ਸਮਝਾ ਕੇ ਹਵਾਲੇ ਦਿਖਾ ਦਿਖਾ ਕੇ ਬਾਰ 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 ਇਨਕਾ ਇਹ ਕਿ ਇਤਰਾਜ਼ ਹੈ ਕੋਈ ਜੀ ਆਪ ਹੀ ਗਲਤ ਹੈ ਮਿਰਜ਼ਾ ਜੀ ਸੇ। ਅੱਲਾਹੁ ਅਕਬਰ, ਅੱਲਾਹ ਪਾਕ ਇਨ ਕੋ ਹਦਾਇਤ ਦੇ ਜੀ। ਇਹ ਹਮਾਰੇ ਭਾਈ ਆਏ ਹੈਂ ਅਸਦ ਅਹਿਮਦ ਸਾਹਿਬ ਆਏ ਹੈਂ ਜੀ, ਸਲਾਮ ਅਲੈਕੁਮ। ਨਹੀਂ ਨਹੀਂ, ਉਨਸੇ ਪਹਿਲੇ ਜੋ ਹੈ ਉਹ ਦਰਵੇਸ਼ ਭਾਈ ਆਏ ਤੇ ਜੀ। ਸਲਾਮ ਅਲੈਕੁਮ ਦਰਵੇਸ਼ ਭਾਈ, ਬਿਜ਼ੀ ਹੈ। ਅੱਛਾ ਅਸਦ ਅਹਿਮਦ ਭਾਈ, ਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੈਸੇ ਹੈ ਮੌਲੀ ਸਾਹਿਬ? ਮੈਂ ਬਿਮਾਰ ਹੋ ਗਿਆ। ਕਿਉਂ, ਕੀ ਹੋ ਗਿਆ? ਅੱਲਾ ਖੈਰ ਕਰੇ। ਨਹੀਂ ਨਹੀਂ, ਵੀਰ ਦੀ ਆਵਾਜ਼ ਸੁਣ ਲਈ, ਮਾਸ਼ਾਅੱਲਾ ਟਿੱਪੀ ਬਦਲੀ ਹੈ, ਨਾਮ ਬਦਲਿਆ ਮੇਰਾ, ਮਾਸ਼ਾਅੱਲਾ ਮੇਰਾ ਵੀਰ ਆ ਗਿਆ। ਕੀ ਹਾਲ ਹੈ ਸਿੰਘ ਭਾਈ, ਠੀਕ ਹੋ? ਅਲਹਮਦੁਲਿਲਾ। ਬਾਕੀ ਭਾਈ ਕੈਸੇ ਹੈ ਜੀ? ਸੁਫਿਆਨ ਭਾਈ ਔਰ ਅਬੂ ਹਸਨ ਭਾਈ ਔਰ ਇਹ ਜਨਾਬ ਦਰਵੇਸ਼ ਸਾਹਿਬ, ਕੈਸੇ ਹੈ ਆਪ ਸਭ ਲੋਕ?
ਬਾਕੀ ਮੌਲਵੀ ਸਾਹਿਬ ਗੱਲ ਹੈ ਵੇ ਕਿ ਮਲੰਗੀ ਕੋ ਲਿਆ ਹੋਣਾ ਫੜ ਕੇ ਗਾਟੀ ਗੂਟੀ ਪਾਓ ਕਿਸੇ ਨੂੰ। ਮਲੰਗੀ ਆਇਆ ਸੀ ਇੱਕ ਉਹ ਨਾ ਭੱਜ ਗਿਆ, ਉਹਦੇ ਕੋਲ ਪੁੱਛਿਆ ਮੈਨੂੰ ਖੁਦਾ ਦੇ ਬਾਰੇ ਤਾਂ ਮਲੰਗੀ ਭੱਜ ਗਿਆ, ਉਹ ਆਉਂਦਾ ਮੈਨੂੰ ਫੋਨ ਆਉਂਦਾ ਮਿਰਜ਼ਾ ਸਾਹਿਬ ਦਾ, ਮਿਰਜ਼ਾ ਸਾਹਿਬ ਦਾ ਆ ਗਿਆ ਹੋਣਾ ਫੋਨ, ਮਿਰਜ਼ਾ ਸਾਹਿਬ ਫਸ ਗਿਆ ਹੋਣਾ, ਫਸ ਗਿਆ ਨਾ ਕਿ ਆਉਣਾ, ਫਸ ਗਿਆ ਮੌਲੀਆਂ ਦੇ ਹੱਥੇ। ਮੌਲਵੀ ਬੜੇ ਜ਼ਾਲਮ ਨੇ, ਸਾਡੇ ਦਾਦੇ ਨੂੰ ਇਹਨਾਂ ਨੇ ਛੱਡਿਆ ਤੇ ਸ਼ਾਇਦ ਕੋਈ ਨਹੀਂ ਮਲੰਗੀ ਅਸਾਂ ਫੜਿਆ ਵੀ ਇੰਨੇ ਕੁ ਲਿੱਤਰ ਮਾਰ ਚੁੱਕਿਆ ਹੁਣ ਤੱਕ ਉਹਦੇ ਢੀਠ ਹੋ ਗਿਆ, ਉਹਨੂੰ ਉਹਦਾ ਹੱਲ ਕੀ ਹੈ ਕਿਹੜੇ ਗਰੁੱਪ ਵਿੱਚ? ਉਹ ਆਪਣੇ ਜਿਹੜਾ ਮਿਰਜ਼ਾ ਜੀਨੀਅਰ ਦੀ ਲਿੱਤਰ ਪਰੇਡ। ਯਾਰ ਮੇਰਾ ਨਾ ਉਹ ਮੋਬਾਈਲ ਹੀ ਖਰਾਬ ਹੋਇਆ ਚੱਲਦਾ, ਲੇਕਿਨ ਉਹ ਨਾ ਖਰਾਬ ਹੋਇਆ ਤੇ ਮੈਂ ਦੂਸਰਾ ਮੋਬਾਈਲ ਲਿਆ ਤੇ ਇਹਦੇ ਉੱਤੇ ਮੈਂ ਇਨਸ਼ਾਅੱਲਾ WhatsApp ਬਣਾ ਕੇ ਤੇ ਫਿਰ ਆਸਾਂ। ਉਹ ਮੈਨੂੰ ਨੰਬਰ ਤੁਸੀਂ ਭੇਜੋ ਨਾ, ਨਹੀਂ ਨੰਬਰ ਮੈਂ ਜਿਹੜਾ ਨਾ ਉਹ ਇੱਧਰ ਟ੍ਰਾਂਸਫਰ ਕੀਤੇ ਨੇ ਸਭ ਦੇ, ਉਹ ਮੈਂ ਇਹਦੇ ਤੇ ਬਣਾ ਕੇ ਨਾ WhatsApp ਤੇ ਮੈਂ ਇਨਸ਼ਾਅੱਲਾ ਫਿਰ ਉਹ ਕਰਨਾ ਮੈਸੇਜ ਫਿਰ ਐਡ ਕਰ ਦੇਣਾ ਉੱਥੇ। ਹਾਂਜੀ ਮੌਲਵੀ ਜੀ, ਮਲੰਗੀ ਕਿਹੜਾ ਗਰੁੱਪ ਵਾਲਾ? ਗਰੁੱਪ ਵਾਲਾ ਉਹ ਜੀ ਉਹ ਇੱਕ ਹੀ ਗੱਲ ਕਰਦਾ ਜੀ, ਜਿਹੜੀ ਯਾਨੀ ਕਿ ਹਨਫੀਆਂ ਦੀ ਨਮਾਜ਼ ਜਿਹੜੀ ਹੈ ਨਾ ਉਹ ਜੀ ਇਹਨਾਂ ਮਰਦੇ ਇਹਨਾਂ ਕਾਦੀਆਨੀਆਂ ਵਾਲੀ ਹੈ। ਅੱਛਾ ਤੇ ਉਹਨੂੰ ਦੱਸ ਨਹੀਂ ਸੀ ਫਿਕਹ ਅਹਿਮਦੀ ਆ ਉਹਨੂੰ? ਨਾ ਨਾ ਉਹ ਆਂਦਾ ਭਾਈ ਹਮ ਬੁੱਕੇ ਨਹੀਂ ਦੇਖਤੇ, ਹਮ ਪ੍ਰੈਕਟੀਕਲ ਦੇਖਤੇ ਹੈ। ਉਹਨੇ ਕਿਤੇ ਮਰਦਈਆਂ ਨੂੰ ਜਿਹੜਾ ਵੇ ਵੇਖ ਲਿਆ ਹੱਥ ਬੰਨੇ ਵਿਚਕਾਰ ਨਹੀਂ ਉਹ ਉਹ ਮੇਰਾ ਕੇਸ ਹੈ ਵਾਕਈ ਉਹ ਇਹਦੇ ਭਾਈ ਜੀ ਇਹੀ ਚੱਲ। ਹਾਂ ਜੀ ਜੀ ਕਮਿਆ ਪਾ ਲਓ, ਉਹਨੂੰ ਕਹਿਣਾ ਸੀ ਪਾਗਲ ਦੇ ਆ ਪੁੱਤਰਾ, ਕੋਈ ਵੀ ਮਜ਼ਹਬ ਹੈ, ਕੋਈ ਵੀ ਕਲਟ ਹੈ, ਕੋਈ ਫਿਰਕਾ ਹੈ, ਕੁਝ ਵੀ ਹੈ, ਉਹਦਾ ਵੇਖਿਆ ਜਾਂਦਾ ਲਿਟਰੇਚਰ ਉਹ ਕਿਤਾਬਾਂ ਦੀ ਸ਼ਕਲ 'ਚ ਹੋਵੇ, ਜਿਵੇਂ ਹੁਣ ਮਿਰਜ਼ਾ ਇੰਜੀਨੀਅਰ ਦਾ ਫਿਰਕਾ ਜੇਲਮੀ ਹੈ ਅਤੇ ਇਹਦੀਆਂ ਵੀਡੀਓ ਵੇਖੀਆਂ ਜਾਣਗੀਆਂ, ਕਿਉਂਕਿ ਉਹਨਾਂ ਦਾ ਬਾਬਾ ਵੀਡੀਓ ਰਿਕਾਰਡ ਕਰਦਾ, ਟੈਕਨੋਲੋਜੀ ਦਾ ਦੌਰ ਹੈ ਨਾ। ਅਤੇ ਉਹਦਾ ਅਸੀਂ ਜਨਾਬ ਤਲੀਮ ਵੇਖਣੀ ਹੈ ਮਿਰਜ਼ਾ ਸਾਹਿਬ ਦੇ ਆਪਣਾ ਵੀਡੀਓਜ਼ ਤੋਂ, ਸਾਹਮਣੇ ਤੋਂ ਬਹਿੰਦਾ ਕੋਈ ਨਹੀਂ, ਅਤੇ ਉੱਥੋਂ ਹੀ ਅਸੀਂ ਵੇਖ ਕੇ ਅਤੇ ਫਿਰ ਜਨਾਬ ਮੇਰੀ ਉਹਦੇ 'ਤੇ ਗੱਲ ਕਰਾਂਗੇ ਨਾ। ਅਤੇ ਉਹ ਜਿਹੜਾ ਮਲੰਗੀ ਤੁਸੀਂ ਘੇਰ ਰਿਹਾ ਉਹ ਤਾਂ ਕੋਈ ਅੱਬੂ ਜਹਿਲ ਕਦਰ ਨੂੰ ਲੱਗ ਰਿਹਾ, ਜਿਹਨੂੰ ਇੰਨਾ ਹੀ ਨਹੀਂ ਪਤਾ। ਉਹ ਜੀ ਆਪਣੇ ਆਪ ਨੂੰ ਹਾਫਜ਼ ਆਉਂਦਾ ਵੇ, ਅਤੇ ਮੈਂ ਇੱਕ ਹੋਰ ਤੁਹਾਨੂੰ ਮਦਦ ਦੀ ਗੱਲ ਦੱਸਾਂ, ਯਕੀਨ ਕਰੋ ਮੈਨੂੰ ਤਾਂ ਇਹਨਾਂ ਨੂੰ ਵੇਖ ਵੇਖ ਕੇ ਨਾ ਹੁਣ ਨਾ ਰਹਿਮ ਹੁੰਦਾ ਜੀ, ਯਕੀਨ ਕਰੋ। ਅੱਛਾ ਉਹਨੇ ਉਹਨੂੰ ਅਸਾਂ ਪੁੱਛਿਆ ਕਿ ਜਿਹੜਾ ਮਿਰਜ਼ਾ ਇੰਜੀਨੀਅਰ ਨੇ ਸਟੇਟਮੈਂਟ ਦਿੱਤੀ ਹੈ ਕਿ ਮਿਰਜ਼ਾਈਆਂ ਦੀਆਂ ਮਾਵਾਂ ਨੂੰ ਯਾਨੀ ਇੱਕ ਤੋਂ ਜ਼ਿਆਦਾ ਜਿਹੜੇ ਮਿਲਣੇ ਨੇ ਸ਼ੋਹਰ, ਅਤੇ ਉਹ ਕਿਤੇ ਹੈ ਵੀ ਲਿਖਿਆ ਕੁਰਾਨ ਸ਼ਰੀਫ 'ਚ? ਉਹਨੇ ਇੱਕ ਸਾਨੂੰ ਨਾ ਆਇਤ ਪੇਸ਼ ਕੀਤੀ ਜਿਹਦੇ ਵਿੱਚ ਨਹੀਂ ਹੁੰਦਾ ਕਿ ਯਾਨੀ ਕਿ ਮੁਸਲਮਾਨਾਂ ਵਾਸਤੇ ਉੱਥੇ ਜੰਨਤ ਦੇ ਵਿੱਚ ਮੇਵਾ ਯਾਨੀ ਕਿ ਮੇਵੇ ਹੋਣਗੇ। ਹਾਂਜੀ ਉਹ ਆਂਦਾ ਜੀ ਐ ਜੇ ਸ਼ੋਹਰ ਇੱਥੇ ਰੱਖ, ਯਕੀਨ ਮੰਨੋ ਹੱਸ ਹੱਸ ਕੇ ਅਸੀਂ ਸਾਰੇ ਪਾਗਲ ਹੋਏ ਪਏ ਹਾਂ। ਸਬਰ ਦਾ ਫਲ ਤਾਂ ਸੁਣਿਆ ਸੀ ਕਿ ਉਹ ਚਲੋ ਮਿਸਾਲ ਲੈ ਲੈਂਦੇ ਨੇ, ਸਬਰ ਕਰੇ ਤਾਂ ਨੇਕ ਸਾਲਿਆ ਬੀਵੀ ਮਿਲ ਜਾਂਦੀ ਹੈ, ਸ਼ੋਹਰ ਮਿਲ ਜਾਂਦਾ, ਫਲ ਤਾਂ ਸੁਣਿਆ ਸੀ ਉਹ ਮੇਵਾ ਉਹਨੇ ਪਾ ਲਿਆ ਵਿੱਚ। ਜੀ ਬਿਲਕੁਲ ਉਹਨੇ ਕਿਹਾ ਜੀ ਮੇਵੇ ਮਿਲੇ ਨਾ ਜੀ ਇਹ ਸ਼ੋਹਰ
ਹੁਣ ਮੈਨੂੰ ਸਮਝਾਓ ਉਹਨੂੰ ਮੈਂ ਆਖਾਂ ਕੀ ਹੋਣਾ ਕੋਲ ਉਹਨੂੰ ਭਾਈ ਕਹਿ ਦੇਣਾ ਇੱਕ ਮੇਵਾ ਮੌਲਵੀ ਅਸਰ ਮੇਰੇ ਸਾਹ ਤੈਨੂੰ ਤੇਰੀ ਬਾਤ ਦਾ ਮੈਂ ਤੇ ਆਫਰ ਦਿੱਤੀ ਹੈ ਮੈਂ ਕਿਹਾ ਐਡਵਾਂਸ ਬੁਕਿੰਗ ਵੀ ਮਿਲ ਜਾਏਗੀ ਤੇ ਬਕਾਇਆ ਮੇਵੇ ਵੀ ਮਿਲ ਜਾਣਗੇ ਜਿਸ ਜਿਸ ਕਿਸਮ ਦਾ ਵਰਾਇਟੀ ਤੋਂ ਆ ਕੇ ਤੇਰੀ ਬਾਜੀ ਆ ਕੇ ਤੇਰੀ ਬੁੱਢੀ ਆ ਕੇ ਪਾਲਣਾ ਛੋਟੀ ਪੱਚੀ ਸਾਰੀਆਂ ਵਰਾਇਟੀਆਂ ਉਹਦੇ ਸਾਹਮਣੇ ਇੱਕ ਵੀਡੀਓ ਮੈਂ ਪੇਸ਼ ਕੀਤੀਆਂ ਬਲਕਿ ਦੋ ਵੀਡੀਓ ਇੱਕ ਵੀਡੀਓ ਪੇਸ਼ ਕੀਤੀ ਇਹ ਵਾਲੀ ਯਾਨੀ ਕਿ ਸ਼ੋਹਰਾਂ ਵਾਲੀ ਇੱਕ ਇਹ ਵੀਡੀਓ ਇੱਕ ਹੁੰਦਾ ਜਿਹੜਾ ਯਾਨੀ ਕਿ ਸੈਕੰਡ ਪਾਰਟ ਹੈ ਨਾ ਹੁੰਦਾ ਜਿਹਦੇ 'ਚ ਮਿਰਜ਼ੇ ਆਖਿਆ ਕਿ ਯਾਨੀ ਕਿ ਇਨਸਾਨ ਦੀ ਯਾਨੀ ਕਿ ਬਦਲ ਜਾਏਗੀ ਮਰਦ ਔਰਤ ਵੀ ਬਣ ਸਕਦਾ ਅਤੇ ਕਿ ਅਤੇ ਬੀਵੀ ਮਰਦ ਬਣ ਸਕਦੀ ਹੈ ਹਾਂਜੀ ਉਹ ਆਉਂਦਾ ਇਹਦੇ 'ਚ ਤਾਂ ਐਸੀ ਕੋਈ ਗੱਲ ਹੈ ਹੀ ਨਹੀਂ ਦੋਵੇਂ ਵੀਡੀਓਜ਼ ਵੇਖ ਕੇ ਵੀ ਕੀ ਕਰੇ ਯਾਰ ਬੰਦਾ ਇਹਨਾਂ ਦਾ ਯਕੀਨ ਕਰੋ ਬਾਬਾ ਜੀ ਵੇਖੋ ਨਾ ਤੁਸੀਂ ਇਹ ਰਿਜ਼ੈਂਬਲਸ ਵੇਖੋ ਜਿਵੇਂ ਉਹ ਖਾਧੀਆਂ ਨਹੀਂ ਤਾਂ ਉਹ ਵੇਖ ਲਓ ਉਹ ਕੀ ਕਹਿਣਗੇ ਵੇਖਣੇ ਤੋਂ ਪਿੱਛੇ ਜੀ ਕਹਿ ਨਹੀਂ ਸੀ ਛੜਿਆ ਉਹ ਕੀ ਸੀ ਇਹਨਾਂ ਦਾ ਯਾਰ ਉਹ ਜ਼ਕਰੀਆ ਉਹ ਕਹਿੰਦਾ ਜੀ ਅਸੀਂ ਮੁਲਫੂਜ਼ਾਤ ਤੇ ਗੱਲ ਨਹੀਂ ਕਰਨੀ ਤੁਹਾਨੂੰ ਉਹ ਤੁਸੀਂ ਉਹ ਵੇਖੀ ਨਹੀਂ ਉਹਦੀ ਉਹ ਕਿਹਦੇ ਨਾਲ ਗੱਲ ਕਰਦਾ ਵੇਖੀ ਨਹੀਂ ਨਹੀਂ ਵੇਖੀ ਹੈ ਉਹ ਹੈ ਹੀ ਵਗੈਰਾ ਜਿਹੜੇ ਤੇ ਇਹਨਾਂ ਦਾ ਵੀ ਉਹੀ ਹਿਸਾਬ ਹੈ ਇਹ ਹੁਣ ਉਸ ਪਲਾਂਤੀ ਨੂੰ ਕਿੱਥੋਂ ਅਸੀਂ ਖੁੱਡ 'ਚੋਂ ਬਾਹਰ ਕੱਢ ਗਏ ਤੁਹਾਡੇ ਸਾਹਮਣੇ ਭਾਈਏ ਅਤੇ ਜਿਹੜਾ ਆਖੇ ਕਿ ਬਈ ਮੈਂ ਬਗੈਰਤੀ ਕੀਤੀ ਹੈ ਮੈਂ ਹੀ ਮੇਰੀ ਹੀ ਆਵਾਜ਼ ਹੈ ਇਹ ਠੀਕ ਹੈ ਗੱਲ ਚਲਦੇ ਅੱਛਾ ਹੁਣ ਅਸਦ ਭਾਈ ਮਿਰਜ਼ਾ ਯਾਨੀ ਕਿ ਮਿਰਜ਼ੇ ਦਾ ਇੱਕ ਹੋਰ ਸਟੇਟਮੈਂਟ ਆਈ ਸੀ ਜਦੋਂ ਰੌਲਾ ਪੜਿਆ ਨਾ ਇਹਨਾਂ ਕਰਦੀਆਂ ਦਾ ਉਹ ਯਾਨੀ ਕਿ ਸੁਪਰੀਮ ਕੋਰਟ 'ਚ ਨਹੀਂ ਸੀ ਬਣਿਆ ਰੌਲਾ ਇਹਨਾਂ ਦਾ ਸੀ ਉਹਦੇ 'ਚ ਰੌਲਾ ਬਣਿਆ ਸੀ ਅਤੇ ਇਹਨੇ ਸਟੇਟਮੈਂਟ ਸੀ ਦਿੱਤੀ ਮੈਂ ਇਹਨਾਂ ਮੌਲਵੀਆਂ ਨੂੰ ਵੇਖ ਲੈਂਦਾ ਵਾ ਹੁਣ ਜਿਹੜਾ ਯਾਨੀ ਕਿ ਅਪੀਲ ਦੇ ਵਿੱਚ ਐਕਟ ਪਾਸ ਹੋ ਗਿਆ ਨਾ ਮੌਲਵੀ ਬਦਲਾ ਨਹੀਂ ਸਕਦੇ ਇਹ ਬਸ ਜਿਹੜੇ ਨੇ ਖਾਣ ਪੀਣ ਵਾਲੇ ਨਾ ਮੌਲਵੀ ਨੇ ਅਤੇ ਇਹ ਜੀ ਯਾਨੀ ਕਿ ਇਹ ਜੀ ਬਦਲ ਨਹੀਂ ਸਕਦਾ ਹੈਂਜੀ ਹੋ ਹੀ ਨਹੀਂ ਸਕਦਾ ਜਿਹੜਾ ਆਪਣੇ ਬਦਲ ਜਾਏ ਅਤੇ ਉਹ ਬਦਲ ਗਿਆ ਹੈਂਜੀ ਅਤੇ ਹੁਣ ਮੌਲਵੀਆਂ ਨੇ ਫੜ ਲਿਆ ਉਹਨੂੰ ਹਾਂ ਵੀ ਬੋਲ ਹੁਣ ਅਤੇ ਹੁਣ ਮਿਰਜ਼ਾ ਬੋਲਦਾ ਨਹੀਂ ਪਿਆ ਮਿਰਜ਼ਾ ਇੰਜੀਨੀਅਰ ਦੇ ਮੰਨਣ ਵਾਲਿਆਂ ਨੂੰ ਕਿਉਂ ਨਹੀਂ ਸਮਝ ਆਉਂਦੀ ਯਾਰ ਉਹ ਕਾਦੀਆਨੀਆਂ ਨੂੰ ਮੁਸਲਮਾਨ ਬਣਾਉਂਦਾ ਪਿਆ ਮੁਸਲਮਾਨਾਂ 'ਚ ਸ਼ਾਮਲ ਜਿਹੜਾ ਨਾ ਲੱਗਿਆ ਕਰਨ ਲੇਕਿਨ ਇਹਨਾਂ ਨੂੰ ਜਿਹੜਾ ਸਮਝ ਨਹੀਂ ਆਉਂਦੀ ਮੈਂ ਤੇ ਹੈਰਾਨ ਪਰੇਸ਼ਾਨ ਹਾਂ ਸਿੱਧੇ ਬਾਈ ਉਦੋਂ ਇਹਨਾਂ ਦੀਆਂ ਖੁੱਲਣੀਆਂ ਨਾ ਜਦੋਂ ਇਹਨਾਂ ਦੀਆਂ ਅੱਖਾਂ ਬੰਦ ਹੋਣੀਆਂ ਅੱਛਾ ਮਦਦ ਜੀ ਗੱਲ ਦੱਸੋ ਤਾਂ ਭਾਈ ਕੀ ਹੋਇਆ ਅੱਜ ਜਿਹੜਾ ਮਰਜ਼ਈ ਅਸਾਂ ਕਾਬੂ ਹੈ ਨਾ ਕੀਤਾ ਉਹਦਾ ਨਾ ਬੜਾ ਇਤਰਾਜ਼ ਜੀ ਬਜ਼ੁਰਗਾਂ ਦਾ ਇਤਰਾਜ਼ ਜੀ ਬਜ਼ੁਰਗਾਂ ਆ ਗਿਆ ਠੀਕ ਹੈ ਜੀ ਮੈਂ ਇੱਕ ਆਡੀਓ ਲਾ ਕੇ ਨਾ ਗਰੁੱਪ 'ਚ ਜਿਹਦੇ 'ਚ ਇੱਕ ਮੁੰਡਾ ਆਉਂਦਾ ਪਿਆ ਜੀ ਇਹਨਾਂ ਮਰਜ਼ਈਆਂ ਦੇ ਯਾਨੀ ਕਿ ਮਰਜ਼ਈ ਮੁਸਲਮਾਨ ਨੇ ਅਤੇ ਕੁਫਰ ਦਾ ਯਾਨੀ ਕਿ ਫਤਵਾ ਹੈ ਨਹੀਂ ਉਹਨਾਂ 'ਤੇ ਐਂ ਜੀ ਗਲਤ ਲੱਗਾ ਹੈ ਉਹ ਮੈਂ ਆਡੀਓ ਲਾ ਕੇ ਮੈਂ ਕਿਹਾ ਜੀ ਇਸ ਬੰਦੇ ਦੀ ਆਡੀਓ ਹੈ ਉਹ ਜੀ ਮੁੰਡਿਆਂ ਹੁੰਦੇ ਤੇ ਬੜੀਆਂ ਜਿਹੜਾ ਨਾ ਉਹਨਾਂ ਵਾਕਿਆ ਜੀ ਬਗੈਰ ਅਤੇ ਇਹ ਮੁੰਡਾ ਮੁਰਤਾਦ ਦੇ ਫਲਾਂ ਇੰਜੇ ਅਤੇ ਬੜਾ ਨਾ ਗੁੱਸੇ 'ਚ ਆ ਗਿਆ ਕਹਿੰਦਾ ਮੈਨੂੰ ਤੁਸੀਂ ਇੰਜ ਆਖ ਦਿੱਤਾ ਵੇ ਮੈਂ ਨਹੀਂ ਸਟੇਟਮੈਂਟ ਦਿੱਤੀ ਓਏ ਹੋਏ ਮੈਨੂੰ ਮੈਂ ਇੰਜ ਹੋ ਗਿਆ ਇਹ ਵਾਲਾ ਬੰਦਾ ਮੁਸਲਮਾਨ ਨਹੀਂ ਰਿਹਾ ਉਹਨੂੰ ਇੰਜ ਹੋ ਜਾਏਗਾ ਮੈਂ ਆਖਿਆ ਮੈਨੂੰ ਇਹ ਗੱਲ ਸਮਝਾ ਜਦੋਂ 1000 ਸਾਲ ਇੱਕ ਪਹਿਲਾਂ ਦੀ ਬੁੱਕ ਹੈ
ਉਹਦੇ 'ਚ ਕੋਈ ਗਲਤ ਲਿਖਿਆ ਹੈ। ਹਾਂਜੀ ਉਸ ਉਹ ਤੁਸੀਂ ਜਿਹੜਾ ਬਾਰ ਬਾਰ ਇਲਜ਼ਾਮ ਲਾਉਂਦੇ ਹੋ ਕਿ ਜੀ ਇਹ ਜੀ ਬਾਕੀ ਇਹਨਾਂ ਬਜ਼ੁਰਗਾਂ ਲਿਖਿਆ ਇੰਨਾ ਹੀ ਲਿਖਿਆ ਇੰਨਾ ਹੀ ਲਿਖਿਆ, ਹਾਲਾਂਕਿ ਅਹਿਲੇ ਸੁਨਤ ਜਿਹੜੇ ਉਹ ਆਉਂਦੇ ਨੇ ਉਹਨਾਂ ਦੀਆਂ ਬੁੱਕਾਂ ਹੈ ਹੀ ਨਹੀਂ। ਹਾਂਜੀ ਤੁਸੀਂ ਬਾਰ ਬਾਰ ਉਹਨਾਂ ਦੇ ਇਲਜ਼ਾਮ ਲਾਉਂਦੇ ਹੋ, ਅਤੇ ਜੇ ਹੁਣ ਮੈਂ ਤੇਰੀ ਯਾਨੀ ਕਿ ਮੈਨਸ਼ਨ ਕਰਕੇ ਇੱਕ ਮੈਂ ਆਡੀਓ ਲਾਈ ਹੈ ਅਤੇ ਤੈਨੂੰ ਬੜਾ ਹੁਣ ਗੁੱਸਾ ਆਇਆ, ਮੈਂ ਕਿਹਾ ਉਹਨਾਂ ਬਜ਼ੁਰਗਾਂ ਨੂੰ ਗੁੱਸਾ ਨਹੀਂ ਆਉਂਦਾ ਹੋਣਾ। ਤੁਹਾਡੀ ਵਾਰੀ ਆਈ ਤੇ ਚੀਕਾਂ ਮਾਰੋ ਹੈਂਜੀ, ਤੇ ਬਜ਼ੁਰਗਾਂ ਦੀ ਵਾਰੀ ਆਏ ਤੇ ਖੁਸ਼ ਹੋਵੋ। ਯਾਰ ਵੇਖੋ ਗੱਲ ਚੁੜ ਸਾਹਿਬ ਹੈ ਵੇ ਕਿ ਇੱਕ ਤਾਂ ਸਭ ਤੋਂ ਵੱਡਾ ਇਹਦਾ ਝੂਠ ਇਹਦਾ ਗੁਮਲੰਗ ਆਵੇ ਅਤੇ ਉਹਨੂੰ ਸਭ ਤੋਂ ਪਹਿਲੇ ਪੁੱਛਣਾ ਹੀ ਆ ਇਹ ਬਣਦਾ ਕਿ ਜਿਵੇਂ ਮਿਰਜ਼ਾ ਇੰਜੀਨੀਅਰ ਨੇ ਕਿਹਾ ਨਾ ਕਿ ਇਹ ਬਰੇਲੀਆਂ ਨਾਲ ਜਨਾਬ ਗੱਲ ਹੋਵੇਗੀ ਅਤੇ ਇਹਨਾਂ ਦਾ ਪਹਿਲੇ ਬੁਨਿਆਦੀ ਅਕੀਦਾ ਚਿਸ਼ਤੀ ਰਸੂਲੁੱਲਾਹ 'ਤੇ ਗੱਲ ਹੋਏਗੀ। ਠੀਕ ਹੈ ਇਹ ਵੇਖੋ ਧੱਕੇ ਨਾਲ ਹੋਣੇ ਨੇ ਸਾਡਾ ਬੁਨਿਆਦੀ ਅਕੀਦਾ ਇਹਨੇ ਬਣਾ ਛੱਡਿਆ। ਅਗਲੇ ਦਿਨ ਮੈਂ ਵੀਡੀਓ ਇੱਕ ਵੇਖ ਰਿਹਾ ਕਿ ਇਹਨੂੰ ਨਾ ਇੱਕ ਇੰਟਰਵਿਊ ਇਹਦਾ ਕਰ ਰਿਹਾ ਬੰਦਾ ਅਤੇ ਉਹਨੇ ਇਹਨੂੰ ਪੁੱਛਿਆ ਕਿ ਹਾਂਜੀ ਜਨਾਬ ਤੁਸੀਂ ਇਹ ਬੜਾ ਬੁਨਿਆਦੀ ਅਕੀਦਾ ਬਣਾਏ ਯਾਰ ਤੁਸੀਂ ਜਨਾਬ ਹੈ ਕਹਿੰਦੇ ਫਿਰ ਤੋਂ ਇਸ ਤਰ੍ਹਾਂ ਕਿ ਬਰੇਲਵੀ ਜਿਹੜੇ ਨੇ ਉਹ ਚਿਸ਼ਤੀ ਰਸੂਲੁੱਲਾਹ ਕਲਮਾ ਪੜ੍ਹਦੇ ਨੇ ਪਲਾਂ। ਉਹਨੇ ਆਖਿਆ ਤੇਰੇ ਕੋਲ ਇੱਥੇ ਬੜੀ ਵਾਮ ਆਈ, ਤੂੰ ਬੜੀ ਦਵਾਈ ਪਾਈ ਹੈ ਜੀ, ਇੱਥੇ ਹਜ਼ਾਰਾਂ ਦੀ ਤਾਦਾਦ ਜਨਾਬ ਬੰਦੇ ਆਉਂਦੇ ਨੇ। ਕਹਿੰਦਾ ਮੈਨੂੰ ਇਹ ਦੱਸ ਕਿ ਤੂੰ ਕਦੀ ਕਿਸੇ ਬਰੇਲਵੀ ਨੂੰ ਕਿਸੇ ਸੁੰਨੀ ਨੂੰ ਤੂੰ ਕਲਮਾ ਠੀਕ ਪੜ੍ਹਾਇਆ, ਜਿਹਨੇ ਚਿਸ਼ਤੀ ਰਸੂਲੁੱਲਾਹ ਪੜ੍ਹਿਆ ਹੋਵੇ ਤੇ ਤੂੰ ਉਹਨੂੰ ਜਨਾਬ ਉਹਦੀ ਕਰੈਕਸ਼ਨ ਕੀਤੀ ਹੋਵੇ? ਇਹੋ ਜਿਹੀ ਨਹੀਂ। ਉੱਥੇ ਕਹਿੰਦਾ ਜੀ ਨਹੀਂ। ਪਾਗਲ ਦੇ ਪੁੱਤਰਾ ਤੂੰ ਕੀ ਤੂੰ ਫੱਕੀ ਕਿਹੜੀ ਵੇਚ ਰਿਹਾ ਤੂੰ? ਦੂਸਰਾ ਤੇਰੇ ਹੁਣ ਸਟੂਡੈਂਟ ਨੇ ਰੋਜ਼ ਅਸੀਂ ਵੇਖਦੇ ਹਾਂ ਉਹ ਵੀਡੀਓ ਵਹਾ ਕੇ ਸੁਣਾ ਕੇ ਨਹੀਂ ਮੰਨਦੇ। ਅੱਛਾ ਉਹ ਬੰਦਾ ਵੀ ਮੌਜੂਦ ਹੈ, ਬੰਦਿਆਂ ਤਾਂ ਖੈਰ ਉਹ ਨਹੀਂ ਸ਼ੁਮਾਰ ਹੁੰਦਾ, ਵੀਡੀਓ ਦੀਆਂ ਮੌਜੂਦ ਨੇ, ਆਪੇ ਵੀ ਦੁਨੀਆਂ 'ਤੇ ਮੌਜੂਦ ਹੈ ਉਹ। ਉਹਦਾ ਤੁਸੀਂ ਮੰਨ ਨਹੀਂ ਰਹੇ ਅਤੇ ਜਿਹੜੀਆਂ ਕਿਤਾਬਾਂ 1000 ਸਾਲ 700 ਸਾਲ 300 ਸਾਲ 200 ਸਾਲ ਪੁਰਾਣੀਆਂ ਲਿਖੀਆਂ ਗਈਆਂ ਨੇ ਜਿਨ੍ਹਾਂ 'ਤੇ ਸਾਡੇ ਉਲਮਾ ਨੇ ਬਕਾਇਦਾ ਫਤਵੇ ਦਿੱਤੇ ਨੇ ਕਿ ਇਹਨਾਂ ਉੱਤੇ ਝੂਠ ਲਿਖਿਆ ਗਿਆ, ਮਨਸੂਬ ਕੀਤੀਆਂ ਗਈਆਂ ਨੇ, ਇਸ ਤੋਂ ਅੱਗੇ ਕੀ ਰਹਿ ਗਿਆ? ਤਾਂ ਫਿਰ ਤੁਸੀਂ ਪਹੁੰਚੋਗੇ ਉਹੀ ਸਾਡੇ ਉੱਤੇ ਥੋਪੋ, ਨਹੀਂ ਜੀ ਇਹ ਵੇਖੋ ਨਹੀਂ ਜੀ ਇਹ ਵੇਖੋ। ਹੁਣ ਕਈ ਐਸੀਆਂ ਹਦੀਸਾਂ ਨੇ ਜਿਹੜੀਆਂ ਕਿ ਕਿਤਾਬਾਂ ਦੇ ਵਿੱਚ ਮੌਜੂਦ ਨੇ, ਜ਼ਈਫ ਨੇ ਜਾਂ ਮੌਜ਼ੂ ਨੇ ਜਾਂ ਕੋਈ ਇਸ ਤਰ੍ਹਾਂ ਦੀਆਂ ਨੇ ਕਿ ਮਤਲਬ ਨਹੀਂ ਹੁਣ ਕਹਿਣਾ ਚਾਹ ਰਿਹਾ, ਅਤੇ ਉਹ ਵੀ ਪਈਆਂ ਨੇ ਉੱਥੇ ਮੌਜੂਦ ਨੇ, ਉਹਨਾਂ ਨੂੰ ਤਾਂ ਨਹੀਂ ਕੱਢੀਆਂ ਕਿਸੇ ਨੇ, ਉਹ ਤਾਂ ਹਦੀਸ ਦੀਆਂ ਕਿਤਾਬਾਂ ਨੇ। ਲੇਕਿਨ ਇਹ ਕਿ ਉੱਥੇ ਮੈਂਸ਼ਨ ਕਰ ਦਿੱਤਾ ਗਿਆ ਅਤੇ ਉਹ ਵੀ ਕਢਵਾ ਨਾ ਜਾ ਕੇ ਫਿਰ। ਉਹ ਪਾਗਲ ਦਾ ਪੁੱਤਰਾ ਹਰ ਇੱਕ ਚੀਜ਼ ਇੱਕ ਹਿਕਮਤ ਦੇ ਤਹਿਤ ਹੁੰਦੀ ਹੈ। ਜਦੋਂ ਇੱਕ ਬੰਦਾ ਮੰਨ ਰਿਹਾ ਕਿ ਬਈ ਸਾਡਾ ਅਸੀਂ ਨਹੀਂ ਹੈ ਸਾਡਾ ਬੁਨਿਆਦੀ ਅਕੀਦਾ ਅਸੀਂ ਇਹ ਨਹੀਂ ਕਲਮਾ ਪੜ੍ਹਦੇ, ਅਸੀਂ ਤਾਂ ਉੱਥੇ ਸਜਦੇ ਕਰਨ ਵਾਲਿਆਂ ਨੂੰ ਦਰਬਾਰਾਂ 'ਤੇ ਜਾ ਕੇ ਭੰਗਾਂ ਪੀਣਾ, ਅਸੀਂ ਆਪ ਹੀ ਉਹਨਾਂ ਦੇ ਕੁੱਤਿਆਂ ਕੁੱਤਿਆਂ ਉਹਨਾਂ ਦੀ ਕਰਨੇ ਆ, ਤੂੰ ਜਾਣ ਕੇ ਢੋਲ ਸਾਡੇ ਗਲੇ 'ਚ ਪਾ ਰਿਹਾ। ਲੇਕਿਨ ਮਕਸਦ ਹੈ ਕਿ ਉਹਦੀ ਫੱਕੀ ਹੀ ਇਸ ਤਰ੍ਹਾਂ ਹੀ ਵੇਚਦੀ ਵੇਖਦੀ ਹੈ। ਨਹੀਂ ਅਸਦ ਭਾਈ ਹੁਣ ਵੇਖੋ ਇਹਦੀ ਮਿਰਜ਼ੇ ਦੀ ਆਪਣੀ ਸਟੇਟਮੈਂਟ ਮੌਜੂਦ ਹੈ ਜੀ, ਮੈਂ ਇਸ ਕਲਮੇ ਦੇ ਲਿਹਾਜ਼ ਨਾਲ ਜਿਹੜੇ ਹਾਲੇ ਕਲਮੇ ਮਸ਼ਹੂਰ ਹੋਏ ਨੇ ਯਾਨੀ ਸਪੈਸ਼ਲੀ ਚਿਸ਼ਤੀ ਸੂਲਾ ਦੇ ਹਿਸਾਬ ਨਾਲ ਮਾਜ਼ੱਲਾ, ਇਹ ਜੀ ਮੈਂ ਬਜ਼ੁਰਗਾਂ ਨੂੰ ਜਿਹੜਾ ਨਾ ਸਪੇਸ ਇੰਨੀ ਕੁ ਬਣਦੀ ਉਹਨਾਂ ਦੀ ਕਿ ਜੀ ਉਹਨਾਂ ਤੋਂ ਮਨਸੂਬ ਹੋਣ,
ਇਹ ਸਟੇਟਮੈਂਟ ਇਹਦੀ ਮੌਜੂਦ ਹੈ। ਹਾਂ ਸਰ ਇਹ ਬਿਲਕੁਲ। ਅਤੇ ਹੁਣ ਸਵਾਲ ਮੇਰਾ ਇਹ ਵੇ ਕਿ ਜਦੋਂ ਮਿਰਜ਼ਾ ਜੀ ਨੇ ਆਉਂਦਾ, ਮੈਂ 35 ਸਾਲ ਤੱਕ ਮੈਂ ਆਪ ਰੇਲਵੇ ਰਿਹਾ, ਅਤੇ ਕੀ ਕਲਮਾ ਪੜ੍ਹਦਾ ਰਿਹਾ? ਅੱਜ ਤੱਕ ਕੋਈ ਇੱਕ ਸਟੇਟਮੈਂਟ ਨਹੀਂ ਵੇਖੀ ਕਿ ਜਿਹਦੇ ਜਿਹਨੇ ਆਖਿਆ ਜੀ 35 ਸਾਲ ਮੈਂ ਇਹ ਜਿਹੜਾ ਵੇ ਪੜ੍ਹਦਾ ਰਿਹਾ ਵਾਂ ਕਲਮਾ। ਜੇ ਸਾਡਾ ਬੇਸਿਕ ਅਕੀਦਾ ਹੁੰਦਾ ਜੀ, ਜੇ ਸਾਡਾ ਬੇਸਿਕ ਅਕੀਦਾ ਹੁੰਦਾ ਤਾਂ ਇਹਨੇ ਮਿਰਜ਼ੇ ਵੀ ਪੜ੍ਹਿਆ ਹੁੰਦਾ ਫਿਰ। ਇਹ ਤਾਂ ਮਿਰਜ਼ਾ ਕਾਦੀਆਨੀ ਵਾਲਾ ਹਿਸਾਬ ਹੀ ਹੋਇਆ ਨਾ ਕਿ ਯਾਨੀ 52 ਸਾਲ ਤੱਕ ਉਹ ਵੀ ਜਿਹੜਾ ਵੇ ਉਹ ਕੁਫਰ ਤੇ ਰਿਹਾ ਤੇ ਵੱਧ ਮੁਸਲਮਾਨ ਹੋਇਆ। ਤੇ ਮਿਰਜ਼ਾ ਇੰਜੀਨੀਅਰ ਵਾਲੇ ਵੀ ਇਹੀ ਆਉਂਦੇ ਨੇ 35 ਸਾਲ ਜਿਹੜਾ ਵੇ ਉਹ ਕਾਫਰ ਰਿਹਾ ਹੈ ਯਾਨੀ ਕਿ ਮੁਸ਼ਰਕ ਰਿਹਾ ਹੈ ਤੇ ਹੁਣ ਆ ਕੇ ਮੁਸਲਮਾਨ ਹੋ ਗਿਆ ਅਸਲ ਭਾਈ। ਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਪੁੱਛਣਾ ਨਾ, ਮੈਂ ਨਾ ਤੁਹਾਡੇ ਮਾਂ ਪਿਓ ਦਾ ਜਿਹਨੇ ਨਿਕਾਹ ਪੜਾਇਆ ਸੀ ਮੌਲਵੀ ਨੇ, ਉਹ ਕਿਹੜਾ ਸੀ ਪੜ੍ਹਦਾ ਅਕਲਮਾ? ਉਹ ਚਿਸ਼ਤੀ ਰਸੂਲ ਅੱਲਾ ਪੜ੍ਹਦਾ ਸੀ ਕਿ ਯਾ ਮਾਜ਼ੱਲਾ ਜਿਹੜਾ ਵੇ ਅਸ਼ਰਫ ਅਲੀ ਥਾਨਵੀ ਰਸੂਲ ਅੱਲਾ 'ਤੇ ਪੜ੍ਹਦਾ, ਜਾਂ ਉਹ ਮਾਵੀਆ ਰਸੂਲ ਅੱਲਾ ਪੜ੍ਹਦਾ ਸੀ? ਹਾਂਜੀ ਤੇ ਕੀ ਜੇ ਉਹ ਯਾਨੀ ਕਿ ਪੜ੍ਹਦਾ ਸੀ ਇਹ ਵਾਲਾ ਕਲਮਾ ਕਿਉਂਕਿ ਉਹਦਾ ਤੇ ਬੇਸਿਕ ਸੀ ਨਾ ਕੀਤਾ, ਇਹ ਤੁਹਾਡੇ ਮਾਂ ਪਿਓ ਦਾ ਚਾਚੀ ਗਈ ਜਿਹੜਾ ਤੁਹਾਡੇ ਮਾਂ ਪਿਓ ਦਾ ਨਿਕਾਹ ਹੋਇਆ ਹੈ ਉਹ ਤੇ ਫਿਰ ਹੋ ਗਿਆ ਯਾਨੀ ਕਿ ਬਾਤਲ ਹੋ ਗਿਆ, ਤੇ ਬਾਤਲ ਨਿਕਾਹ ਦੇ ਨਾਲ ਉਹਨਾਂ ਬੱਚੇ ਵੀ ਪੈਦਾ ਕੀਤੇ। ਇਹਨਾਂ ਮਤਲਬ ਇਹ ਬਾਤਲ ਨਿਕਾਹ ਦੇ ਨਾਲ ਜਿਹੜੇ ਬੱਚੇ ਪੈਦਾ ਹੋਏ ਉਹ ਬੱਚੇ ਵੀ ਹਰਾਮੀ ਹੋਏ ਫਿਰ। ਉਹਦੀਆਂ ਹਰਕਤਾਂ ਤੋਂ ਨਹੀਂ ਤੁਹਾਨੂੰ ਲੱਗਦਾ? ਤੇ ਮਰਜ਼ਈ ਤੇ ਫਸ ਜਾਂਦੇ ਨੇ ਮਿੰਟ ਚ, ਤੇ ਇਹਨਾਂ ਜਿਹੜਾ ਭੱਜਣ ਨੂੰ ਵੀ ਰਾਹ ਨਹੀਂ ਮਿਲਦਾ, ਤੇ ਫਿਰ ਆਖਦੇ ਨਾ ਜੀ ਨਾ ਬਸ ਬਜ਼ੁਰਗਾਂ ਨੇ ਪੜਾਇਆ ਕਲਮਾ ਜੀ, ਬਜ਼ੁਰਗਾਂ ਨੇ ਕਲਮਾ ਪੜਾਇਆ। ਯਾਰ ਮੈਨੂੰ ਤੇ ਹਾਸਾ ਹੁੰਦਾ ਇਹਨਾਂ ਤੇ ਆਉਂਦੇ ਤੋਂ ਬਈ। ਡਾਕਟਰ ਸਾਹਿਬ ਤੁਸੀਂ ਵੇਖੋ ਨਾ, ਉਹ ਕਹਿੰਦਾ ਸੇਮ ਉਹ ਮਿਰਜ਼ਾ ਕਾਦੀਆਨੀ ਵਾਲੀ ਗੱਲ, 52 ਸਾਲ ਜਨਾਬ ਮੇਰੀ ਉਹਦੇ ਬਕੋਲ ਉਹ ਕੁਫਰ 'ਤੇ ਅੜਿਆ ਰਿਹਾ, 35 ਸਾਲ ਇਸਲਾਮ ਨੂੰ ਜਨਾਬ ਉਹ ਜ਼ਿੰਦਾ ਮੰਨਦਾ ਰਿਹਾ, ਠੀਕ ਹੈ ਉਹਨਾਂ ਨੇ ਦੁਬਾਰਾ ਆਉਣਾ ਉਹ ਸਾਰੇ ਮਾਮਲਾਤ ਜੋ ਮੁਸਲਮਾਨਾਂ ਵਾਲੇ ਨੇ, ਅਤੇ ਉਹਨੂੰ ਫਿਰ ਇੱਕ ਦਿਨ ਜਨਾਬ ਜੋ ਲੈ ਕੇ ਖੀਦੀ ਜੀ ਸੀਗੇ, ਪਤਾ ਨਹੀਂ ਕਿਹੜਾ ਸੀ, ਹੁਣ ਉਹਨੇ ਤੈਨੂੰ ਆ ਕੇ ਦੱਸਿਆ ਤੇਰੇ 'ਤੇ ਵੀ ਲਹਾਮ ਹੋਇਆ, ਤੇ ਫਿਰ ਜਨਾਬ ਤੂੰ ਅੱਗੇ ਨੂੰ ਗੇਅਰ ਲਾ ਦਿੱਤਾ ਲੱਗਦੇ ਇੱਦਾਂ ਨਾ। ਤਾਂ ਬਈ ਨਹੀਂ ਅਸਦ ਭਾਈ, ਇਹਦਾ ਨਾ ਹਾਲੇ ਮਜ਼ਹਬ ਜਿਹੜੀ ਮੁਕੰਮਲ ਨਹੀਂ ਹੋਇਆ ਹਾਂਜੀ ਮੇਰੇ ਖਿਆਲ ਨਾਲ, ਕਿਉਂ ਉਹਦੀ ਵਜ੍ਹਾ ਕੀ ਹੈ ਕਿ ਆਪਣੇ ਉਹਨੇ ਸਾਬੀ ਤਾਂ ਬਣਾ ਲਏ ਨੇ, ਉਹਨੇ ਆਪਣੇ ਅਸ਼ਰਮ ਬਸ਼ਰਾ ਵੀ ਬਣਾ ਲਏ ਨੇ, ਉਹਨੇ ਆਪਣੀ ਅਹਿਲ ਬੈਤ ਵੀ ਬਣਾ ਲਈ ਹੈ ਹਾਂਜੀ, ਤੇ ਉਹਦੇ ਫਰਿਸ਼ਤਿਆਂ ਦੇ ਨਾਂ ਨਹੀਂ ਸਾਹਮਣੇ ਆਏ ਹਾਲੇ ਤੱਕ। ਮਿਰਜ਼ਾ ਕਾਦੀਆਨੀ ਦੇ ਫਰਿਸ਼ਤਿਆਂ ਦੇ ਨਾਮ ਤੇ ਆ ਗਏ ਨੇ, ਮਿਰਜ਼ਾ ਇੰਜੀਨੀਅਰ ਦੇ ਫਰਿਸ਼ਤਿਆਂ ਦੇ ਨਾਮ ਨਹੀਂ ਆਏ। ਸ਼ਾਹਤ ਤੇ ਜਿਹੜੇ ਨਾ ਬਲਾਲ ਉਹ ਤੇ ਅਸ਼ਰਮ ਬਸ਼ਰਾ ਜੇ ਮਾਜ਼ੱਲਾ, ਹਾਂ ਤੇ ਉਹ ਹੀ ਨਾ ਮਤਲਬ ਜਿਵੇਂ ਮਿਰਜ਼ਾ ਕਾਦੀਆਨੀ ਦਾ ਹੀ ਉਹ ਕੀਮ ਨੂਰਾ ਸੀ ਰਾਈਟ ਸਾਈਡ ਵਾਲਾ ਫਰਿਸ਼ਤਾ,
ਤੇ ਉਹਨੇ ਅਬਦੁਲ ਕਰੀਮ ਸਿਆਲਕੋਟ ਦੀ ਖੱਬੀ ਸਾਈਡ ਵਾਲਾ ਸੀ ਹੁਣ ਭੈਣ ਭਾਈ ਜੀ ਲੱਭ ਗਿਆ ਬੰਦਾ ਲੱਭ ਗਿਆ ਬੰਦਾ ਲੱਭ ਗਿਆ ਜੇ ਵੀਡੀਓ ਮੌਜੂਦ ਹੈ ਮੇਰੇ ਚ ਮਿਰਜ਼ਾ ਇੰਜੀਨੀਅਰ ਇੱਕ ਵਾਰੀ ਨਾ ਲੋਕਾਂ ਨੂੰ ਯਾਨੀ ਸਿਖਾ ਰਿਹਾ ਸੀ ਕਿ ਯਾਨੀ ਕਿ ਸਜਦੇ ਚ ਕਿੰਜ ਯਾਨੀ ਕਿ ਜਾਣਿਆ ਤੁਸਾਂ ਤੇ ਉਹ ਪਿੱਛੇ ਮੁੱਲ ਵੀ ਇੱਕ ਬਹਿ ਕੇ ਬੜੇ ਬੜੇ ਗੋਰ ਨਾਲ ਵਹਿੰਦਾ ਪਿਆ ਹੈਂਜੀ ਯਾਰ ਇਹਨਾਂ ਨੂੰ ਕੀ ਸਮਝਾਈਏ ਅਸਦ ਬਾਈ ਯਕੀਨ ਕਰੋ ਤੁਹਾਨੂੰ ਮਾਸ਼ਾਅੱਲਾ ਇੰਨੇ ਸਾਲ ਹੋ ਗਏ ਤੁਸੀਂ ਮਰਜ਼ਾਈਆਂ ਇਹਨਾਂ ਮਰਜ਼ਾਈਆਂ ਦੀ ਮੱਤ ਮਾਰਤੀ ਵੱਡੇ ਮਰਜ਼ਾਈਆਂ ਦੀ ਇਹ ਨਿੱਕੇ ਮਰਜ਼ਾਈਆਂ ਦੇ ਯਾਨੀ ਸਾਹਮਣੇ ਵੀ ਕੋਈ ਪੇਸ਼ ਹੋ ਜਾਵੇ ਨਾ ਚੀਜ਼ ਬਿਲਕੁਲ ਯਾਨੀ ਉਹਦੀ ਯਾਨੀ ਕਿ ਸਨਦ ਵੀ ਸਹੀ ਹੋਏ ਭਾਵੇਂ ਕੁਰਾਨ ਤੋਂ ਵੀ ਕੋਈ ਅਸੀਂ ਚੀਜ਼ ਸਾਹਮਣੇ ਪੇਸ਼ ਕਰਦੇ ਤੇ ਫਿਰ ਵੀ ਕਹਿੰਦੇ ਨਹੀਂ ਜੀ ਜੋ ਮਿਰਜ਼ਾ ਇੰਜੀਨੀਅਰ ਨੇ ਆਖਿਆ ਸਹੀ ਆਖਿਆ ਯਾਨੀ ਸਟੇਟਮੈਂਟ ਕੀ ਹੁੰਦੀ ਹੈ ਜੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੇਕਿਨ ਮਿਰਜ਼ਾ ਇੰਜੀਨੀਅਰ ਨੇ ਸਹੀ ਆਖਿਆ ਉਹੀ ਪੈਟਰਨ ਦੇ ਨਾ ਬਸ ਉਹੀ ਜੋ ਵੱਡੇ ਨੇ ਕੀਤਾ ਉਹ ਛੋਟੇ ਨੇ ਉਹਦੇ ਵੀ ਮੰਨਣ ਵਾਲੇ ਨੂੰ ਉਹੀ ਕੀਤਾ ਇਹਦੇ ਵੀ ਇਹੀ ਉਹ ਵੀ ਤਵੀਲ ਕਰਦੇ ਨਹੀਂ ਮਿਰਜ਼ਾ ਸਾਹਿਬ ਦੇ ਕਹਿਣ ਦਾ ਮਤਲਬ ਇਹ ਸੀ ਕਿਉਂਕਿ ਚੁਣਾਚੇ ਜੇ ਹੋ ਸਕਦਾ ਥਾ ਤਾਂ ਤਵੀਲ ਇਹ ਵੀ ਉਹੀ ਕਰਦੇ ਨੇ ਤੁਹਾਨੂੰ ਸਮਝ ਨਹੀਂ ਆਈ ਅਸਲ ਦੇ ਵੀਡੀਓ 'ਚ ਥੋੜ੍ਹੀ ਜਿਹੀ ਅੱਗੇ ਕਰੋ ਹਾਂ ਵੀਡੀਓ ਥੋੜ੍ਹੀ ਜਿਹੀ ਪਿੱਛੇ ਨਹੀਂ ਮਤਲਬ ਇਹ ਸੀ ਉਹ ਆਉਂਦੇ ਨੇ 2 ਘੰਟੇ ਦੀ ਪੂਰੀ ਵੀਡੀਓ ਲਾਓ ਮੈਂ ਤੇ ਸੁਣਿਆ ਇਹ ਸੀ ਕਿ ਤੋਹੀਦ ਤੋਂ ਬਾਅਦ ਜਿਹੜਾ ਮਜ਼ੇ ਦੀ ਗੱਲ ਲੱਗਾਂ ਕਰ ਰਹੇ ਕਿ ਮਿਰਜ਼ਾ ਜੀ ਨੇ ਆਂਦਾ ਕਿ ਮੈਨੂੰ ਤੋਹੀਦ ਕੇ ਬਾਅਦ ਜੋ ਸੈਕਸ ਡਿਸਿਪਲਿਨ ਹੈ ਉਹ ਬੜਾ ਅੱਛਾ ਲੱਗਦਾ ਹੈ ਯਾਰ ਮੈਂ ਤੇ ਤੋਹੀਦ ਕੇ ਬਾਅਦ ਜਿਹੜਾ ਮੇਰੇ
ਹੀ ਜਰਸੂਮੇ ਦੇ ਵਿੱਚ ਵੀ ਆ ਗਏ। ਈਵਨ ਹਾਲਾਂਕਿ ਪੁਰਾਣੇ ਪਾਕ ਦੇ ਵਿੱਚ 4 ਤੋਂ 5 ਦਫ਼ਾ ਗਾਲਬਾਂ, ਜੇ ਮੈਂ ਗਲਤ ਨਹੀਂ, ਤੇ ਤੋਹੀਦ ਤੋਂ ਬਾਅਦ ਵਾਲਦੈਨ ਦਾ ਜ਼ਿਕਰ ਆਇਆ, ਠੀਕ ਹੈ, ਉਹਦੇ ਉੱਤੇ ਜ਼ੋਰ ਦਿੱਤਾ ਗਿਆ। ਉਹ ਤਾਂ ਵੇਖੋ ਸਾਡਾ ਇੱਕ ਕਲਮੇ ਦੇ ਵਿੱਚ ਵੀ ਆ ਗਿਆ ਨਾ, ਰੱਬ ਦੀ ਜ਼ਾਤ ਦੀ ਤੋਹੀਦ ਤੋਂ ਬਾਅਦ ਨਬੀ ਕਰੀਮ ਸਲਾਤ ਉਹ ਸਲਾਮ, ਠੀਕ ਹੈ। ਅਤੇ ਮਤਲਬ ਇਸ ਤਰ੍ਹਾਂ ਦੀ ਤਾਂ ਕੋਈ ਚੀਜ਼ ਮਿਲਦੀ ਹੀ ਨਹੀਂ। ਇਹ ਤੋਹੀਦ ਤੋਂ ਬਾਅਦ ਜਨਾਬ ਮੇਰੀ ਆ ਗਿਆ ਜੀ, ਮੈਨੂੰ ਓਰਲ ਸੈਕਸ ਮੈਨੂੰ ਬੜਾ ਪਸੰਦ ਹੈ ਜੀ, ਹੈ ਜੀ, ਮੈਨੂੰ ਜਨਾਬ ਸੈਕਸ ਡਿਸਿਪਲਿਨ ਬੜਾ ਪਸੰਦ ਹੈ। ਅੱਛਾ ਸਰ ਬਾਈ, ਮੈਨੂੰ ਇੱਕ ਹੋਰ ਚੀਜ਼ ਯਾਦ ਆ ਗਈ ਹੈ ਕਿ ਤੁਹਾਡੇ ਕੋਲ ਜਿਹੜਾ ਨਾ ਪੁੱਛਣੀ ਜ਼ਰੂਰੀ ਸੀ, ਬਲਕਿ ਮਾਸ਼ਾਅੱਲਾ ਆਪਾਂ ਪਤਾ ਹੀ ਹੋਣਾ ਇਹਨਾਂ ਸਾਰਿਆਂ ਨੂੰ। ਅੱਛਾ ਇੱਕੋ ਮਿਸਾਲ ਦਿੰਦੇ, ਜਦੋਂ ਉਹਨਾਂ ਕੋਲ ਇਹ ਸਵਾਲ ਪੁੱਛਣੇ ਨਾ ਸੀ ਕਿ ਜੀ ਇਹ ਮਿੰਨੀ ਖੁਦਾ ਦਾ ਕੀਦਾ ਜਿਹੜਾ ਮੇਜ਼ ਇੰਜੀਨੀਅਰ ਨੇ ਪੇਸ਼ ਕੀਤਾ ਇਹਦੇ ਬਾਰੇ ਕੀ ਖਿਆਲ? ਉਹ ਆਂਦਰੇ ਜੀ ਜਿਹੜਾ ਹੁੰਦਾ ਸੀ ਨਾ ਜੀ, ਕਸ਼ਤੀ ਇਰਾਨ ਜਿਹੜਾ ਹੁੰਦਾ ਸੀ, ਹੈ ਜੀ, ਉਹਨੂੰ ਜਿਹੜਾ ਨਾ ਜੀ ਉਹ ਖੁਦਾ ਹੁੰਦੇ ਸਨ ਜੀ, ਜੇ ਉਸ ਬੰਦੇ ਨੂੰ ਉਸ ਜ਼ਮਾਨੇ 'ਚ ਖੁਦਾ ਹੁੰਦੇ ਸਨ ਤਾਂ ਅਸੀਂ ਵੀ ਤਾਂ ਮਿੰਨੀ ਖੁਦਾ ਆ ਸਕਦੇ ਹਾਂ ਨਾ ਫਿਰ। ਕਹਿੰਦੇ ਫਿਰ ਉਹ ਜਾ ਕੇ ਤਾਂ ਛਿੱਤਰ ਪੈਣੇ ਨੇ ਨਾ ਕਬਰ ਦੇ ਵਿੱਚ ਵੀ, ਅਤੇ ਅੱਲਾਹ ਦੇ ਹੁਕਮ ਨਾਲ ਐਸਾ ਕੀਤੇ ਜੀ, ਜੇ ਮਰ ਗਏ ਜਿਹੜਾ ਦਾ ਰੱਖਦਾ ਤਾਂ ਫਿਰ ਅਲੱਗ ਪਤਾ ਜਾਏਗਾ। ਅੱਛਾ ਇੱਕ ਫਾਇਦਾ ਹੋਇਆ ਜੀ ਹੁਣ ਸਾਡਾ ਇੱਥੇ ਸੋਸ਼ਲ ਮੀਡੀਆ 'ਤੇ ਆਉਣ ਦਾ ਇੱਕ ਬੜਾ ਬੈਨੀਫਿਟ ਹੋਇਆ ਵੇ, ਪਹਿਲਾਂ ਇਹ ਮਿਰਦਨ ਜੀ ਨੇ ਮੰਨਣਾ ਦੱਸਾਂ ਉਹਦੀਆਂ ਸਾਰੀਆਂ ਗੱਲਾਂ ਹੀ ਸਹੀ, ਉਸਕੀ ਸਭ ਬਾਤੇਂ ਸਹੀ ਹੈ, ਸਹੀ ਸਲਾਮ ਪੇਸ਼ ਕੀਆ। ਲੇਕਿਨ ਹੁਣ ਆਉਂਦੇ ਨੇ ਨਹੀਂ ਜੀ, ਉਸਕੀ ਅੱਛੀ ਅੱਛੀ ਬਾਤੇਂ ਹਾਂ ਮਾਨ ਲੈਂਦੇ ਹਾਂ, ਬੁਰੀ ਬੁਰੀ ਨਹੀਂ ਮਾਨਤੇ।
ਅਗਲੇ ਦਿਨ ਆਇਆ ਇੱਥੇ ਇੱਕ ਸੁਫਿਆਨ ਭਾਈ ਇੱਥੇ ਹੀ ਸਨ ਸੀ ਉਹਦਾ ਨਾਂ ਕਰ ਗਏ ਨਾ ਅਤੇ ਉਹ ਆਉਂਦਾ ਜੀ ਸਾਰੀਆਂ ਜਨਾਬ ਉਹਨੇ ਗੱਲਾਂ ਠੀਕ ਕੀਤੀਆਂ ਨੇ ਇੰਜੀਨੀਅਰ ਠੀਕ ਰਜ਼ੀਆ ਤੋਂ ਫਸ ਗਈ ਮੌਲਵੀ ਹੋਵੇ ਜਨਾਬ ਉਹ ਸਰਕਾਰ ਸੁਫਿਆਨ ਭਾਈ ਇੱਕ ਇੱਕ ਕਰਕੇ ਵੀਡੀਓ ਚਲਾਈ ਜਾ ਰਹੇ ਨੇ ਅਤੇ ਉਹ ਜਨਾਬ ਹੁਣ ਹਵਾਲਾ ਦੇਈ ਜਾ ਰਹੇ ਨਹੀਂ ਆ ਵੀ ਇਹਨੇ ਗਲਤ ਕਿਹਾ ਐ ਵੀ ਇਹਨੇ ਗਲਤ ਕਿਹਾ ਕਰਦਿਆਂ ਕਰਦਾ ਉਹ ਚੁੱਟ ਸਾਹਿਬ ਤਕਰੀਬਨ ਕੋ 5-6 ਵੀਡੀਓਜ਼ ਬਣ ਗਈਆਂ ਤੁਸੀਂ ਤੁਸੀਂ ਉਹਨੂੰ ਫਸਾ ਲਿਆ ਸੀ ਗੱਲਾਂ ਗੱਲਾਂ ਦੇ ਵਿੱਚ ਕਿਉਂ ਜੀ ਸੁਫਿਆਨ ਭਾਈ ਕੋ 5-6 ਵੀਡੀਓ ਤੇ ਚੱਲੀਆਂ ਨੇ ਮੈਂ ਕਿਹਾ ਨਹੀਂ ਫਸਾਇਆ ਉਹਨੂੰ ਅਸਲ ਜੀ ਤੁਸੀਂ ਹੀ ਹਾਂ ਚਲੋ ਮੁਸ਼ਤਰਕਾ ਹੀ ਕੰਮ ਹੋ ਗਿਆ ਨਾ ਮੈਂ ਤਾਂ ਐਵੇਂ ਚਲੋ 19 ਵੀ ਕਰਨ ਲੱਗਾ ਮੇਨ ਕੰਮ ਤੁਸੀਂ ਚੁੱਕਿਆ ਲਓ ਜੀ ਭਾਈ ਜਾਨ ਉਹ ਫਿਰ ਕਾਸਮ ਸਾਹਿਬ ਉਹ ਜਨਾਬ ਹੁਣ ਉਹਨੂੰ ਜਾ ਰਿਹਾ ਹੈ ਉਹਨੂੰ ਜਾ ਰਿਹਾ ਅੱਛਾ ਮੌਲਵੀ ਹੁਣ ਸਾਡੇ ਜਨਾਬ ਫੁੱਲ ਜਪਾਨੀ ਇੰਜਨ ਗਰਮ ਹੋ ਗਿਆ ਸੁਫਿਆਨ ਭਾਈ ਜਨਾਬ ਇਹ ਜੀ ਇਹ ਵੀਡੀਓ ਛੱਡਾ ਭਾਈ ਵੀਡੀਓ ਆਈ ਜੇ ਅਸਲ ਭਾਈ ਗੱਲ ਸੁਣਿਓ ਪਹਿਲਾਂ ਆਉਂਦਾ ਕਿ ਜਿਹੜੀ ਹੈ ਨਾ ਆਵਾਜ਼ਾਂ ਡੱਬ ਹੋ ਜਾਂਦੀਆਂ ਪਹਿਲਾਂ ਮੰਨਦਾ ਹੀ ਨਹੀਂ ਸੀ ਡੱਬਿੰਗ ਹੋਈ ਨਹੀਂ ਫਿਰ ਬਾਅਦ ਜਦੋਂ ਉਹਨੂੰ ਸੁਣਾਈਆਂ ਨਾ ਉਹਦੀ ਵੀਡੀਓ ਤੇ ਫਿਰ ਆਉਂਦਾ ਨਹੀਂ ਨਹੀਂ ਯਾਰ ਦਿਲ ਚਾਹੁੰਦਾ ਹੋਣਾ ਐਸੇ ਫਲਾਣੇ ਟਿੰਗਰੇ ਕੰਜਰ ਦੀ ਆਵਾਜ਼ ਹੀ ਮੈਨੂੰ ਮੈਨੂੰ ਸੁਫਿਆਨ ਭਾਈ ਪਤਾ ਕੀ ਮਹਿਸੂਸ ਹੋਇਆ ਉਹਨੇ ਇਹ ਕਿਉਂ ਇਹ ਗੱਲ ਕੀਤੀ ਹੈ ਮੇਰੇ ਹਿਸਾਬ ਨਾਲ ਨਾ ਉਹਦਾ ਜ਼ੇਨ ਸੀ ਕਿ ਇਹਨਾਂ ਨੇ ਉਹਦੀਆਂ ਵੀਡੀਓ ਨਹੀਂ ਚਲਾਉਣੀਆਂ ਇਹਨਾਂ ਨੇ ਉਂਝ ਜਿਵੇਂ ਅਸੀਂ ਆਪਸ 'ਚ ਗੱਲ ਕਰ ਰਹੇ ਹਾਂ ਕੋਈ ਹਵਾਲਾ ਦੇ ਰਹੇ ਹਾਂ ਅਤੇ ਉਹ ਅਸੀਂ ਕਹਾਂਗੇ ਕਿ ਉਹ ਇਹ ਕਹਿੰਦਾ ਮੇਰੇ ਹਿਸਾਬ ਨਾਲ ਉਹਦੇ ਦਿਮਾਗ 'ਚ ਇਹ ਚੀਜ਼ ਆਈ ਹੈ ਇਹਨਾਂ ਦਾ ਕੋਈ ਕਜ਼ਨ ਇਹਨਾਂ ਨੂੰ ਪੁੱਛੋ ਉਹ ਵਿਚਾਰਾ ਜਿਹੜਾ ਨਾ ਉਹ ਬੜੀਆਂ ਬੜੀਆਂ ਬਕੌਲ ਇਹਨਾਂ ਦੇ ਇਹਨਾਂ ਨੂੰ ਦਲੀਲਾਂ ਦਿੰਦਾ ਕੋਈ ਇਹਨਾਂ ਨੂੰ ਪੁੱਛੋ ਮਤਲਬ ਕਿਸ ਕਿਸਮ ਦੀਆਂ ਦਲੀਲਾਂ ਪੁੱਛੋ ਦਾ ਮੈਂ ਤੇ ਬੁਲਾਇਆ ਸੀ ਇਹਨਾਂ ਨੂੰ ਪਰ ਹਲੇ ਇਹਨਾਂ ਅੱਗੋਂ ਜਿਹੜਾ ਬੋਲੇ ਨਹੀਂ ਤੇ ਦਰਵੇਸ਼ ਭਾਈ ਮੌਜੂਦ ਹੋ ਤੁਸੀਂ ਜੀ ਮੌਲੀ ਪੁੱਛਣਾ ਯਾਰ ਚਲ ਨਹੀਂ ਪੁੱਛਦਾ ਮੈਂ ਨਹੀਂ ਪੁੱਛਦਾ ਅੱਛਾ ਅੱਛਾ ਭਾਈ ਜਾਨ ਪੁੱਛੋ ਨੇ ਆ ਤੇ ਉਹ ਹੀ ਤੇ ਲੱਗਾ ਪੁੱਛਣ ਲੇਕਿਨ ਬੇਹਾ ਬੀਜ਼ੀ ਨੇ ਉਹਨਾਂ ਦੀ ਆਵਾਜ਼ ਨਹੀਂ ਆਉਂਦੀ ਵੀ ਭਾਈ ਜਾਨ ਦਰਵੇਸ਼ ਭਾਈ ਬੋਲੋਗੇ ਚਲ ਕੋ ਨਹੀਂ ਅੱਛਾ ਅੱਛਾ ਅਸਦ ਭਾਈ ਇੱਕ ਮਰਦਾ ਹੀ ਇੱਥੇ ਹੁੰਦਾ ਮੇਰੇ ਨਾਲ ਹੀ ਇੱਥੇ ਹੁੰਦਾ ਅਤੇ ਆਪਣੇ ਆਪ ਨੂੰ ਬੜਾ ਯਾਨੀ ਆਲਮ ਮੈਂ ਤਾਂ ਅੰਜਾ ਅਤੇ ਮਿਰਜ਼ਾ ਇੰਜੀਨੀਅਰ ਬਿਲਕੁਲ ਸਹੀ ਹੈ ਬਸ ਯਾਦ ਜਾ ਗੱਲ ਇੱਥੇ ਠੀਕ ਹੈ ਜੀ ਮੈਂ ਕਹਤੇ ਤੈਨੂੰ ਜਿਹੜਾ ਵੇ ਮੇਨ ਇਤਰਾਜ਼ ਕੀ ਹੈ ਇਸਲਾਮ ਦੇ ਠੀਕ ਹੈ ਯਾਨੀ ਕਿ ਸਪੈਸ਼ਲੀ ਰਹਿਲੇ ਸੁਨਤ ਤੈਨੂੰ ਇਤਰਾਜ਼ ਕੀ ਹਨਫੀਆਂ 'ਤੇ ਆਉਂਦਾ ਜੀ ਮੇਰਾ ਮੈਨੂੰ ਇਤਰਾਜ਼ ਇਹ ਵੇ ਜੀ ਜਿਹੜੇ ਤੁਹਾਡੇ ਬਾਬੇ ਬਜ਼ੁਰਗ ਨੇ ਨਾ ਜੀ ਉਹਨਾਂ ਤੋਂ ਕੋਈ ਕਰਾਮਤ ਹੈ ਹੀ ਨਹੀਂ ਸਾਰਾ ਹੀ ਝੂਠ ਹੈ ਸਾਰੀ ਸਫਾਕੀਅਤ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਮੈਂ ਕਿਹਾ ਮੈਨੂੰ ਇੱਕ ਸਟੇਟਮੈਂਟ ਦੇ ਦੇ ਵਾਜ਼ਿਆ ਕਿ ਤੂੰ ਕਰਾਮਤ ਨੂੰ ਮੰਨਾ ਵੇ ਕਿ ਨਹੀਂ ਕਿ ਜੀ ਸਵਾਲ ਇਹ ਸੀ ਅੱਲਾਹ ਦੇ ਨੇਕ ਬੰਦਿਆਂ ਤੂੰ ਕਰਾਮਤ ਦੇ ਜ਼ਹੂਰ ਨੂੰ ਮੰਨਾ ਵੇ ਕਿ ਨਹੀਂ ਮੈਨੂੰ ਸਾਫ ਸਾਫ ਸਟੇਟਮੈਂਟ ਦੇ ਆਂਦਾ ਜੀ ਮੈਂ ਬਿਲਕੁਲ ਨਹੀਂ ਮੰਨਦਾ ਮੈਂ ਬਿਲਕੁਲ ਮੁਨਕਰ ਹਾਂ ਇਸ ਚੀਜ਼ ਦਾ ਹੋ ਗਿਆ ਵਾਂ ਮੇਰੇ ਇੰਜੀਨੀਅਰ ਨੂੰ ਸੁਣਨ ਤੋਂ ਬਾਅਦ ਉਹਨੇ ਵੀ ਆਖਿਆ ਮੈਂ ਪਹਿਲਾਂ ਜੀ ਬਰੇਲਵੀ ਸਾਂ ਜੀ ਮੈਂ ਤੇ ਜੀ ਯਾਨੀ ਕਿ ਨਾ ਨਾਤਾਂ ਪੜ੍ਹਦਾ ਹੁੰਦਾ ਸਾਂ ਫਲਾਂ ਤੇ ਫਲਾਂ ਠੀਕ ਮੈਂ ਕਿਹਾ ਹੁਣ ਤਾਂ ਇਸ ਗੱਲ 'ਤੇ ਪੱਕਾ ਵੇ ਨਾ ਕਿ ਤੂੰ ਕਰਾਮਤ ਦਾ ਮੁਨਕਰ ਹੀ ਹੈ ਉਹਨੇ ਕਿਹਾ ਜੀ ਮੈਂ ਬਿਲਕੁਲ ਜੀ ਮੈਂ ਤਾਂ ਮੁਨਕਰ ਹਾਂ ਜੀ ਬਿਲਕੁਲ ਓਕੇ ਮੈਂ ਜਦੋਂ ਉਹਨੂੰ ਹਜ਼ਰਤ ਸਲਮਾਨ ਅਲੈਹਿਸਲਾਮ ਦਾ ਵਾਕਿਆ ਜਿਹੜਾ ਨਾ
ਉਹਦੇ ਸਕਰੀਨ ਸ਼ਾਟ ਸ਼ਾਟ ਭੇਜੇ ਹੈ ਜੀ, ਅਤੇ ਮੈਂ ਪੁੱਛਿਆ ਜਿਹੜਾ ਅੱਲਾਹ ਦਾ ਬੰਦਾ ਲੈ ਕੇ ਆਇਆ ਸੀ, ਤਖ਼ਤ ਲੈ ਕੇ ਆਇਆ ਸੀ, ਉਹ ਕੌਣ ਸੀ? ਉਹਨੇ ਕਿਹਾ ਜੀ, ਯਾਨੀ ਪਹਿਲਾਂ ਤਾਂ ਆਉਂਦਾ ਜੀ ਉਹ ਯਾਨੀ ਜਿੰਨ ਸੀ ਕੋਈ। ਮੈਂ ਕਿਹਾ ਨਾ ਮੇਰਾ ਪੁੱਤਰ, ਸਕਰੀਨ ਸ਼ਾਟ ਭੇਜਿਆ ਉਹਨੂੰ ਫਿਰ ਇੱਕ ਵਾਰ, ਮੈਂ ਕਿਹਾ ਇਹ ਵੇਖ ਲਓ ਉਹਨਾਂ ਦਾ ਨਾਂ ਸੀ ਆਸਫ ਪਰਖੀਆ, ਉਹ ਉਹ ਇਨਸਾਨ ਸਨ ਇੱਕ ਹੈ ਜੀ। ਮੈਂ ਕਿਹਾ ਉਹ ਉਹ ਇਨਸਾਨ ਸਨ, ਉਹ ਕੋਈ ਹੋਰ ਮਖਲੂਕ ਨਹੀਂ ਸਨ, ਇੱਕ ਗੱਲ। ਦੂਜਾ ਮੈਂ ਕਿਹਾ ਜਿਹੜੀ ਹੈ ਕਰਾਮਤ, ਇਸ ਚੀਜ਼ ਨੂੰ ਮੰਨਾਂ ਵੇ ਕਿ ਜਿਹੜੀ ਅੱਖਾਂ ਯਾਨੀ ਕਿ ਚਪੱਕਣ ਤੋਂ ਪਹਿਲਾਂ ਜਿਹੜਾ ਤਖ਼ਤੇ ਬਲਕੀਸ ਏਡਾ ਵੱਡਾ ਯਾਨੀ ਕਿ ਆ ਗਿਆ ਸੀ, ਇਹਨੂੰ ਤੂੰ ਮੰਨਿਆ ਕਿ ਨਹੀਂ ਕਰਾਮਤ? ਆਉਂਦਾ ਜੀ ਬਿਲਕੁਲ ਹੈ ਵੇ ਕਰਾਮਤ ਹੈ। ਮੈਂ ਕਿਹਾ ਤੂੰ ਹੋਇਆ ਵੇ ਇਨਕਾਰੀ, ਤੂੰ ਸਾਫ ਸਟੇਟਮੈਂਟ ਦਿੱਤੀ ਹੈ ਕਿ ਮੈਂ ਜੀ ਬਜ਼ੁਰਗਾਂ ਤੋਂ ਕਰਾਮਾਤ ਦਾ ਇਨਕਾਰੀ ਹਾਂ। ਮੈਂ ਕਿਹਾ ਤੂੰ ਹੁਣ ਹੋ ਗਿਆ ਮੁਨਕਰੇ ਕੁਰਾਨ ਵੀ ਹੋ ਗਿਆ ਤੂੰ, ਮੈਂ ਕਿਹਾ ਤੂੰ ਮੁਸਲਮਾਨ ਵੀ ਨਹੀਂ ਹੋਣ। ਬਾਬਾ ਜੀ ਇੱਕ ਰੰਗ ਆਏ ਇੱਕ ਰੰਗ ਜਾਏ, ਸਾਰੇ ਮੁੰਡੇ ਉੱਥੇ ਨਾ ਮੌਜੂਦ ਸਨ ਹੈਂਜੀ, ਕਿਉਂਕਿ ਉਹ ਹਰ ਮੁੰਡੇ ਨੂੰ ਸਤਾਉਂਦਾ ਸੀ ਕਿ ਜੀ ਮਿਰਜ਼ਾ ਨੇ ਇੰਝ ਆਖਿਆ, ਮਿਰਜ਼ਾ ਸਹੀ ਹੈ ਬਾਕੀ ਮੁਸਲਮਾਨ ਗਲਤ ਹੈ। ਕੀੜਾ ਮਰ ਗਿਆ ਯਾਨੀ ਕਿ ਮੈਂ ਨਾ ਕੀੜਾ ਮਰ ਨਹੀਂ ਗਿਆ, ਫੌਤ ਹੋ ਕੇ ਕਿਤੇ ਹੋਰ ਥਾਂ ਤੇ ਪਹੁੰਚ ਗਿਆ, ਪੁਨਰ ਜਨਮ ਹੋ ਗਿਆ। ਹਾਂਜੀ ਪੁਨਰ ਜਨਮ ਕੀੜੇ ਦਾ ਹੋ ਗਿਆ। ਮੈਂ ਕਿਹਾ ਹੁਣ ਦੱਸ ਤੂੰ ਕਰਾਮਾਤ ਦਾ ਇਨਕਾਰੀ ਕਿ ਨਹੀਂ? ਤੇ ਫਿਰ ਉਹ ਹੀ ਮਰਦਈਆਂ ਦੀ ਗੱਲ ਤੋਂ, ਨਹੀਂ ਜੀ ਮੇਰਾ ਮਤਲਬ ਆ ਸੀ ਯਾਰ ਮੌਲਵੀ ਕਸਮ, ਗੱਲ ਪਤਾ ਕੀ ਹੈ, ਦੂਰ ਨਹੀਂ ਜਾਂਦੇ ਅਸੀਂ, 90s ਦਾ ਵਾਕਿਆ, ਤੁਸੀਂ ਯੂਟਿਊਬ 'ਤੇ ਵੀ ਸਰਚ ਕਰ ਸਕਦੇ ਹੋ। ਮੈਨੂੰ ਨਾ ਉਹਨਾਂ ਦਾ ਭੁੱਲ ਗਿਆ, ਗਾਲਬਨ ਨੂੰ ਬਜ਼ੁਰਗ ਜਿਹੜੇ ਸਨ ਉਹ ਬਲੋਚੀ ਸਨ, ਅਤੇ ਉੱਧਰ ਦਾ ਹੀ ਵਾਕਿਆ। ਉਹਨਾਂ ਨੇ ਨਾ ਉਹ ਕੋਈ ਵੱਧ ਕੀਤਾ ਸੀ ਨਾ, ਨਹੀਂ ਚਲੋ ਲੈਂਦੇ ਸਮਝ ਜਾ ਸੋ ਤੁਸੀਂ। ਉਹਨੇ ਜਨਾਬ ਉਹ ਬਾਬੇ ਹੋਰੀ ਜਨਾਬ ਮੇਰੀ ਆਸ਼ਕੇ ਰਸੂਲ ਸਲਾਹ ਤੋਂ ਸਲਾਮ ਸਨ, ਉਹ ਜਨਾਬ ਕੋਈ ਇਸ ਤਰ੍ਹਾਂ ਨਾ ਉਹਨੇ ਵੱਧ ਮਜ਼ਹਬ ਜਿਹੜੇ ਨਾ ਉਹਨੇ ਟੇਕਾ ਲਾ ਲਿਆ। ਉਹਨਾਂ ਆਖਿਆ ਚਲੋ ਜੀ ਗੱਲ ਹੁੰਦੀ ਹੁੰਦੀ ਜਨਾਬ ਆ ਗਈ ਜੀ, ਸੇਮ ਉਹੀ ਵਾਕਿਆ ਪੇਸ਼ ਆਇਆ ਹਜ਼ਰਤ ਜਨਾਬ ਮੇਰੀ। ਉਹਨਾਂ ਨੇ ਆਖਿਆ ਲਓ ਜੀ ਅੱਗ ਸ਼ੱਗ ਲਾਓ, ਅਤੇ ਜਨਾਬ ਉਹ ਬਜ਼ੁਰਗ ਜਿਹੜੇ ਨੇ ਉਹ ਜਨਾਬ ਉਹ ਅੱਗ ਦੇ ਵਿੱਚ ਨਾ ਉਹਨਾਂ ਨੇ ਆਪਣਾ ਉਤਰ ਗਏ ਨੇ। ਉਹ ਨਹੀਂ ਜਨਾਬ ਉਹਨਾਂ ਨੂੰ ਕੱਖ ਵੀ ਹੋਇਆ ਅਲਹਮਦੁਲਿਲਾ। ਉਹ ਸਰਕਾਰ ਹੈ ਯੂਟਿਊਬ ਦੇ ਉੱਤੇ ਵੀ ਉਹਨਾਂ ਦਾ ਇੰਟਰਵਿਊਜ਼ ਠੀਕ ਹੈ, ਨਾਮ ਉਹਨਾਂ ਦਾ ਭੁੱਲ ਗਿਆ, ਉਹ ਬੜਾ ਔਖਾ ਜਿਹਾ ਉਹਨਾਂ ਦਾ ਨਾਂ ਸੀ ਬਜ਼ੁਰਗਾਂ ਦਾ। ਅਤੇ ਇਹ ਕਰਾਮਤ ਹੈ ਜੁਮਾ ਜੁਮਾ ਚਾਰ ਦਿਨ ਪੁਰਾਣੀ ਹੈ, ਅਤੇ ਮੈਂ ਇਹਨੂੰ ਕੋਈ ਡਿਨਾਈ ਵੀ ਨਹੀਂ ਕਰ ਸਕਦਾ। ਜਾ ਕੇ ਹੁਣ ਹੀ ਬੰਦਾ ਕੋਈ ਵੇਖ ਲਵੇ, ਕੋਈ ਮਿਰਜ਼ਾ ਜੀ ਦੇ ਸਕਰੂਰਾਂ 'ਚ ਬੈਠਾ ਤਾਂ ਜਾ ਕੇ ਵੇਖ ਲਏ ਯੂਟਿਊਬ 'ਤੇ। ਬਿਲਕੁਲ ਯਾਰ, ਮੇਰੇ ਆਪਣੇ ਕੋਲ ਵਾਕਿਆ ਹੋਇਆ ਸੀ ਇੱਕ, ਕਿ ਸ਼ੀਆ ਸੀ ਅਤੇ ਇੱਕ ਨਾ ਐਲੇ ਸੁਨਤ ਸੀ ਯਾਨੀ ਸਾਡੇ 'ਚੋਂ ਸੀ, ਅਤੇ ਆਪਸ ਵਿੱਚ ਇਹ ਉਹਨਾਂ ਦਾ ਫੈਸਲਾ ਹੋ ਯਾਨੀ ਕਿ ਬੜੀ ਸੀ ਗੁਫ਼ਤਗੂ ਯਾਨੀ ਕਿ ਹੁੰਦੀ ਸੀ ਉਹਨਾਂ ਦੀ। ਮੇਰੇ ਕੋਲ ਦਾ ਵਾਕਿਆ ਵੇ, ਕੋਈ ਨਾ ਦੂਰ ਦਾ ਨਹੀਂ ਕਿ ਮੈਂ ਸੁਣਿਆ ਹੋਇਆ ਕਿ ਤੂੰ ਦੂਰੋਂ ਕਿਤੇ ਸੁਣਿਆ ਜੀ ਇਹ ਵਾਲਾ ਵਾਕਿਆ ਹੋਇਆ। ਉਹਨਾਂ ਇਹ ਫੈਸਲਾ ਖਤ ਕੀਤਾ ਕਿ ਅੱਗ ਲਾ ਕੇ ਨਾ ਛਾਲ ਮਾਰ ਦਿੰਦੇ ਵਿੱਚ, ਕਿ ਜਿਹੜਾ ਜ਼ਿੰਦਾ ਬਚ ਗਿਆ ਉਹ ਜਿਹੜਾ ਸਹੀ ਹੈ, ਜਿਹੜਾ ਗਲਤ ਹੋਇਆ ਉਹ ਮਰ ਜਾਏਗਾ। ਅਤੇ ਸ਼ੀਆ ਮੁੰਡਾ ਮਰ ਗਿਆ ਸੀ, ਇਹ ਮੇਰੇ ਸਾਹਮਣੇ ਹੋਇਆ। ਕੋਈ ਯਾਨੀ ਕਿ ਏਡਾ ਨੇਕ ਬੰਦਾ ਵੀ ਨਹੀਂ ਸੀ ਉਹ, ਯਾ ਅੱਲਾਹ ਦਾ ਵਲੀ ਅੱਲਾਹ ਵੀ ਨਹੀਂ ਸੀ ਉਹ, ਇੱਕ ਆਮ ਬੰਦੇ ਤੋਂ ਇਹ ਗੱਲ ਹੋਈ ਹੈ।
ਤੇ ਅੱਲਾ ਪਾਕ ਦੇ ਵਲੀ ਅੱਲਾ ਦੀ ਤੇ ਸ਼ਾਨ ਹੀ ਵੱਖਰੀ ਹੈ ਨਾ ਉਸਤਾਦ ਜੀ। ਅੱਛਾ ਇੱਕ ਭਾਈ ਆਏ ਜੇ ਥੱਲੇ ਜੀ, ਨਾਮ ਇਟਸ ਰਾਸ਼ਦ ਭਾਈ। چلیں شکریہ۔ اصل میں سارے بندے جو ہیں نا مرزیوں کے پیچھے پڑے ہوئے ہیں، ان کا تو پتا ہے، ہر بچے بچے کو پتا ہے وہ کافر ہے، ان ذلیلوں کو بھی پکڑنا چاہیے۔ چلیں شکر ہے کوئی ایک براڈ نظر آئی مجھے۔ یہ ان کے پیچھے بھائی، یہ آپ سمجھ لیں کہ یہ فیکٹری یہ تیار کر رہی ہے اور آگے جا کے وہ قادیانی ہوتے ہیں۔ سو قادیانی سپیریئر کافر ہیں، اور یہ نیچے والی ابھی مکمل نہیں ہوئے لیکن بہت تیزی سے جا رہے ہیں۔ سو اچھی بات ہے، تھوڑا اس بارے میں بھی لوگوں کو پتہ چلے۔ اچھا راشد بھائی، یہ مرزا انجینئر کا جو ہے نا، میرے پاس ویڈیو موجود ہے، یہ میرے سیم اکاؤنٹ میں تیسری ویڈیو ہوگی، اگر آپ نے دیکھنا ہو دے سکیں گے۔ مرزا انجینئر بولتا ہے کہ اب تو یہاں تو میرے جو یعنی اسٹوڈنٹس ہیں وہ جو ہیں علمی کتابی بن جائیں گے، یعنی کہ اس مرزے کو ماننے والے بن جائیں گے، اور یہاں پھر سارے ملحد ہو جائیں گے۔ اس کی سٹیٹمنٹ ہے، اور آپ کو پتہ ہے قادیانی ملحد ہوتے ہیں۔ نہیں بالکل ایسے ہی ہے، اور وہ کسی نے کہا تھا نا کہ اس نے فرقو سے نکالا ہے، یہ ہے وہ ہے۔ وہ ایک ہمارے اہل سنت کے علامہ صاحب ہیں، پتہ نہیں کیا نام ان کا، ابھی ذہن سے نکل گئے۔ انہوں نے کہا نہیں، اس نے نہیں بنایا کہ اس نے یہ کر دیا وہ کر دیا، اس یہ اصل میں لیڈر بن گیا ملحدوں کا، بد مذہبوں کا، جو شیعہ میں کوئی ایکسٹریم لیول پہ گستاخ ہیں ان کا، اور جو وہابیوں میں ایکسٹریم لیول کے گستاخ ہیں ان کا، یعنی ان سارے گٹر جو ہیں نا، ان ساروں کو ایک بندہ مل گیا لیڈر کے طور پہ۔ تو یہ مطلب جو تھوڑا سا جس میں تھوڑا سا ایمان باقی ہے وہ بالکل ایسے نہیں ہے، اس کے پیچھے جاتا۔ اور خاص طور پہ ابھی تو بہت اتنی چیزیں اس کی ایکسپوز ہو رہی ہیں، الحمد للہ اہل سنت علماء نے، دوسروں میں بھی کافی چیزیں، تو اب تو جو بلائنڈ ہیں نا، بالکل بلائنڈ بندے وہ ہیں، ادروائز تو اللہ کا کرم ہو تو کوئی مشکل نہیں ہے پہچاننا اس کو۔ لیکن بات یہ ہے سر، دیکھیں ایک سوچنے والی بات ہے کہ آج سے 140-145 سال پہلے ایک پاگل انسان، ہاں جی، ایک پاگل انسان جو اپنی بک جب لکھتا تھا تو ایک سٹیٹمنٹ جو لکھ لیتا تھا اور ویری نیکسٹ جو سٹیٹمنٹ ہوتی تھی وہ اسی سٹیٹمنٹ کے مخالف ہوتی تھی، ہاں جی، اس کو بھی ابھی تک ماننے والے موجود ہیں۔ میں بات جو کی ہے یہ مرزا قادیانی کے بارے میں کی ہے، ہاں جی، تو اس مرزے کے بھی ماننے والے ہوں گے۔ لیکن میں یہ سٹیٹمنٹ، یہ نا میری سٹیٹمنٹ ہے، کسی کی نہیں، کہ ان قریب ایک دن وہ بھی وقت آئے گا، اگر انہوں نے مرزا انجینئر کے ماننے والوں نے توبہ نہ کی تو یہ جو ہے لوگوں کو بولیں گے جی ہم بھی مسلمان ہیں، ہم بھی لا الہ الا اللہ محمد تو رسول اللہ پڑھتے ہیں، لیکن لوگ ان کو مسلمان ماننے کے لیے نا راضی نہیں ہوں گے۔ جو ہے نا ہمارے علماء کام کر رہے ہیں، اصل میں پتہ نہیں اس کی پیپل کیا ہے، مطلب ظاہر ہے اتنی اس کو پتہ ہے کہ پاکستان میں اہل سنت اکثریت ہیں، خود اپنی زبان سے بھی مانتا ہے اور بریلویوں کا باقاعدہ نام لیتا ہے کہ یہ اکثریت میں ہے۔ تو پھر آپ یہ سوچیں کہ اس میں یہ جرت کیسے پیدا ہوئی کہ بریلویوں کو حتم نبوت کا منکر کہنا، اور اس لیول پہ، ایکسٹریم لیول پہ، ایک تو ہوتا ہے نا، دوسرے بھی ہیں ان سے ہمارا علمی اختلاف ہے، لیکن اس ایکسٹریم لیول پہ جا کے انہوں نے
بریلویوں کو نہ مشرک کہا ہے نہ انہوں نے کوئی ایسی ویسی نہیں ایکسٹریم لیول پہ نا بھائی بالکل ان کا کوئی تعلق نہیں ہے دین سے اختلاف رکھتے ہیں سارے فرقے رکھتے ہیں لیکن یہ جس لیول پہ لے گیا ہے نا لوگوں کو یعنی اس کے اسٹوڈنٹ سمجھتے ہیں کہ بھائی نہیں یہ جو ابھی آپ نے لگایا بھی ہوا ہے کہ قادیانی جو ہے نا بریلویوں سے بہتر ہیں یہ یہاں سے حساب لگا لیں کہ کس لیول پہ اس نے نفرت کا وہ بازار گرم کر دیا ہے اور یہ دعویٰ یہ کرتا ہے کہ بھائی میں فرقوں کو ختم کرنے آیا ہوں اوئے ہوئے اچھا راشد بھائی اس کی بیس ہے لوگ جو یعنی یہ جو اوپر بیٹھے ہوئے ہیں بھائی اسد بھائی بیٹھے ہوئے ہیں اور سفیان بھائی بھی بیٹھے ہوئے ہیں اس کے پیچھے پوری بیس ہے ایک وہ بیس کیا ہے وہ جو قادیانیوں کے بارے میں لوگوں کو علم ہے نا جن کو صرف ان انہی بندوں